ਛੋਟਾ ਸ਼ੁਭ ਦਬੋਸ ਹੋਣਾ ਪਿੰਕ ਪਿੰਕ ਆਰ ਇਸ ਨੋਜੀ ਆਰ ਇਸ ਆਰ ਇਸ ਸੀਮ ਸੀਮ ਗੋਦੀ ਚੱਕਿਆ ਭਾਬੀ ਦੇ ਟੈਨ ਇੰਜੈਕਸ਼ਨ ਲੱਗਿਆ ਹੋਇਆ ਸੀਗਾ ਬਹੁਤ ਸੋਹਣਾ ਜਦੋਂ ਗੋਦੀ 'ਚ ਚੱਕਿਆ ਫਿਰ ਉਹਦੇ ਨਾਲ ਮੈਨੇ ਕਿਨੇ ਕਿਨੇ ਗੱਲਾਂ ਕੀਤੀਆਂ ਉਹ ਤੂੰ ਆ ਗਿਆ ਬੜੇ ਖੁਸ਼ ਹੋ ਕੇ ਦਾਸਰੇ ਸੀ ਕਹਿੰਦੇ ਵੀ ਮੈਂ ਕਰਾਂ ਛੋਟਾ ਸੀਗਾ ਹਨ ਤੇ ਕਹਿੰਦੇ ਵੀ ਮੈਂ ਜਦੋਂ ਗੋਦੀ ਚ ਪਾਇਆ ਤੇ ਡਾਕਟਰ ਕਹਿੰਦੇ ਵੀ ਇਹਦੇ ਮੂੰਹ ਨੂੰ ਆਹ ਜੋ ਉਹਦੇ ਚ ਸੀਗਾ ਪਾਇਆ ਤੇ ਕਹਿੰਦੇ ਘਟ ਘਟ ਕਰਕੇ ਪੀ ਗਿਆ ਕਹਿੰਦੇ ਜਦੋਂ ਮੈਂ ਦੂਜਾ ਚਮਚਾ ਪਾਇਆ ਘਟ ਘਟ ਕਰਕੇ ਪੀ ਗਿਆ ਜਦੋਂ ਮੈਂ ਤੀਜਾ ਚਮਚਾ ਪਾਇਆ ਘਟ ਘਟ ਕਰਕੇ ਪੀ ਗਿਆ ਦੇਖੋ ਉਹ ਬਾਪ ਕਿੰਨਾ ਖੁਸ਼ ਹੋਣਾ ਪੂਰਾ ਹਸਪੀਟਲ ਭਰਿਆ ਹੋਇਆ ਸੀ ਅਰਲੀ ਮਾਰਨਿੰਗ ਤੁਸੀਂ ਸੋਚ ਸਕਦੇ ਹੋ ਕਿ ਲੋਕਾਂ ਨੂੰ ਕਿੰਨਾ ਚਾ ਸੀ ਬਸ ਲੋਕ ਬਾਹਰ ਹੀ ਰਹੇ ਬਾਹਰ ਕੇ ਅੰਦਰ ਤੱਕ ਬਾਪੂ ਜਿੰਨੂ ਕੇਰਾ ਹੋਇਆ ਸੀ ਵੀ ਜਿਉ ਰਿਹਾ ਨੇ ਤੇ ਡੱਬਿਆਂ ਦੇ ਢੇਰ ਲੱਗੇ ਪਏ ਸੀ ਬੁੱਕਿਆਂ ਦੇ ਢੇਰ ਲੱਗੇ ਪਏ ਸੀ ਬਸ ਜੀ ਆਏ ਸੀਗਾ ਵੀ ਰੱਬ ਵੀ ਉਤਰਿਆ ਹੋਇਆ ਸੀ ਫਸੇ ਸਿੱਧੂ ਮੂਸੇਵਾਲਾ ਦੇ ਜਿਹੜੇ ਤਾਇਆ ਜੀ ਨੇ ਉਹਨਾਂ ਦੇ ਵੱਲੋਂ ਵੀ ਉਹਨਾਂ ਨੇ ਵੀ ਕਿਹਾ ਕਹਿੰਦੇ ਵੀ ਜਿਹੜੇ ਗਾਣੇ ਕਹਿੰਦੇ ਜਿਹੜੇ ਗਾਣੇ ਪਏ ਨੇ ਕਹਿੰਦੇ ਉਹਨਾਂ ਸਿੱਧੂ ਮੂਸੇਵਾਲਾ ਦੇ ਸਾਰੇ ਕਹਿੰਦੇ ਉਹਨੂੰ ਛੋਟੇ ਛੋਪ ਤੋਂ ਗਾਵਾਂਗੇ ਪਰਮਾਤਮਾ ਸਫਲ ਕਰੇ ਹੈ ਨਾ ਨਾ ਆਪਣੇ ਮਤਲਬ ਹੈ ਨਾ ਵੀ ਅਰਵਾ ਮਤਲਬ ਆਪਣੇ ਸ਼ੁਰੂ ਤੋਂ ਹੀ ਰਸਮਾਂ ਨੇ ਵੀ ਬੱਚੇ ਨੂੰ ਗੁਰਦੁਆਰੇ ਸਾਹਿਬ ਲੈ ਕੇ ਜਾਂਦੇ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਕਨਿਕਲਦਾ ਹੈ ਜਿਹੜਾ ਪਹਿਲਾ ਅੱਖਰ ਨਿਕਲਦਾ ਹੈ ਉਹਦੇ ਤੋਂ ਫਿਰ ਆਪਾਂ ਬੱਚੇ ਦਾ ਨਾਂ ਰੱਖਦੇ ਆ ਇਸ ਆਦ ਨੂੰ ਕਿ ਬਿਨਾਂ ਜਿਹੜਾ ਮਰਜ਼ੀ ਰੱਖਤਣ ਮੇਰਾ ਤਾਂ ਉਹ ਛੋਪੀ ਹੋ ਘਰ ਹੋਉਣਾ ਹਨਾ ਵੀ ਅੱਛਾ ਰੱਬ ਨੇ ਮੈਨੂੰ ਇਸ ਘਰੀ ਪੈਦਾ ਕੀਤੇ ਜਿੱਥੇ ਪੂਰੀ ਦੁਨੀਆ 'ਚ ਮੇਰੇ ਭਰਾ ਦਾ ਨਾਮ ਹੈ ਉਹਨੂੰ ਫਕਰ ਹੋ ਜਦੋਂ ਉਹ ਯੰਗ ਹੋਵੇ ਤੇ ਮੈਂ ਮੇਰਾ ਸੁਪਨਾ ਵੀ ਉਹ ਜੋਦੋ ਵੱਡਾ ਹੋਵੇ 14-15 ਸਾਲਾਂ ਦਾ ਤੇ ਉਹਦੋਂ ਮੈਂ ਹੋਰ ਬਜ਼ੁਰਗ ਹੋ ਜੂੰਗੀ ਤੇ ਉਹ ਆ ਕੇ ਦੇਖੇ ਵੀ ਹਾਂ ਮੇਰੇ ਵੱਡੇ ਵੀਰ ਨੇ ਇਸ ਭੂਆ ਦਾ ਜ਼ਿਕਰ ਕੀਤਾ ਸੀ ਹਲੇ ਇਹ ਮੇਰੇ ਸੁਪਨੇ ਹੈਗੇ ਉਹ ਸ਼ੋਭ ਮੰਗੋਈ ਹਟਾ ਕਟਾ ਹੋਵੇ ਕੁਝ ਰਿਸ਼ਤੇ ਐਸੇ ਵੀ ਹੈ ਜਿਹੜੇ ਦੁਨੀਆ ਸਾਹਮਣੇ ਨਹੀਂ ਆ ਰਹੇ ਪਰ ਉਹਨਾਂ ਦਾ 150% ਅਰਦਾਸ ਹੈ 150% ਉਹਨਾਂ ਦੀ ਮਿਹਨਤ ਹੈ ਉਹਨਾਂ ਦਾ ਦੇਣਾ ਵੀ ਬੱਚੇ ਅਸੀਂ ਤੁਹਾਡਾ ਦੇਣਾ ਨਹੀਂ ਦੇ ਸਕਦੇ ਮੇਰੇ ਨਿੱਕੇ ਸ਼ੁਭ ਦੇ ਨੇੜੇ ਕੋਈ ਤੱਤੀ ਬਾ ਨਾ ਲੱਗੇ ਜਿਵੇਂ ਉਹਦੇ ਨਾਨਕੇ ਦਾਦਕੇ ਪੂਰੀ ਦੁਨੀਆ ਉਹਦੀ ਵੈਲਫੇਅਰ ਉਦੈ ਲਈ ਦੁਆਵਾਂ ਕਰੀ ਸਭ ਦੀਆਂ ਦੁਆਵਾਂ ਨਾਲ ਉਹ ਲੰਮੀਆਂ ਉਮਰਾਂ ਭੋਗੇ ਆਪਦੇ ਭਰਾ ਵਾਂਗੂ ਤਰੂ ਤਾਰਾ ਬਣੇ ਗੁਰਬਾਣੀ 'ਚ ਲਿਖਿਆ ਹੈ ਵਰਤੀ ਕਦੇ ਨਾ ਹੋਵੀ ਜਾਣ ਕੀ ਅਰਦਾਸ ਤੇ ਅੱਜ ਲੱਖਾਂ ਕਰੋੜਾਂ ਅਰਦਾਸਾਂ ਪੂਰੀਆਂ ਹੋਈਆਂ ਨੇ ਸਿੱਧੂ ਮੂਸੇਵਾਲਾ ਦੇ ਘਰ ਖੁਸ਼ੀਆਂ ਆਈਆਂ ਨੇ ਛੋਟੇ ਸ਼ੋਭਦਾ ਜਨਮ ਹੋਇਆ ਜਿਸ ਨੂੰ ਉਡੀਕ ਰਹੇ ਸੀ ਲੋਕ ਚਰਾਂ ਦੇ ਕਿਉਂਕਿ ਜਦੋਂ ਸਿੱਧੂ ਮਸੇਵਾਲ ਇਸ ਦੁਨੀਆ ਚਲਾ ਜਾਂਦਾ ਤਾਂ ਨਾਲ ਦੀ ਨਾਲ ਅਰਦਾਸਾਂ ਸ਼ੁਰੂ ਕਰ ਦਿੱਤੀਆਂ ਸੀ ਉਸ ਦੇ ਚਾਹਣ ਵਾਲਿਆਂ ਨੇ ਤੇ ਉਸ ਤੋਂ ਬਾਅਦ ਅੱਜ ਖੁਸ਼ੀਆਂ ਵਾਲਾ ਦਿਨ ਆਇਆ ਤਾਂ ਅਸੀਂ ਬੈਠੇ ਹਾਂ ਜਸਵਿੰਦਰ ਬਰਾੜ ਹੁਣਾ ਦੇ ਕੋਲ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੋ ਕਿ ਲਗਾਤਾਰ ਪਰਿਵਾਰ ਦੇ ਕੋਲ ਸੀ ਉਹਨਾਂ ਨਾਲ ਗੱਲਬਾਤ ਜਰੂਰ ਕਰਾਂਗੇ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੁਹਾਨੂੰ ਵੀ ਸੀ ਬਹੁਤ ਬਹੁਤ ਮੁਬਾਰਕਾਂ ਸਾਰੇ ਪ੍ਰੋ ਪੰਜਾਬ ਟੀਵੀ ਦੇਖਦਿਆਂ ਨੂੰ ਸਾਰੇ ਸੋਜ਼ ਬਾਨ ਜਿਨ੍ਹਾਂ ਨੇ ਇੱਕ ਇੱਕ ਬੱਚੇ ਤੋਂ ਲੈ ਕੇ ਬੁਢਾਪੇ ਤੱਕ ਸਾਡੀਆਂ ਭੈਣਾਂ ਨੇ ਸਾਡੀਆਂ ਬਜ਼ੁਰਗ ਮਾਤਾ ਨੇ ਪੂਰੀ ਯੂਥ ਨੇ ਬੱਚਿਆਂ ਨੇ ਜਿਨ੍ਹਾਂ ਨੇ ਇਹ ਅਰਦਾਸ ਕੀਤੀ ਸੀ ਵੀ ਬਾਈ ਤੂੰ ਆ ਜਾ ਪੁੱਤ ਤੂੰ ਆ ਜਾ ਹਨ ਤੇ ਉਹਨਾਂ ਸਾਰਿਆਂ ਦੀ ਅਰਦਾਸ ਸਫਲ ਹੋਈ ਹੈ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਦੋਨੋਂ ਠੀਕ ਨੇ ਜੀ ਗੱਲ ਕਰੀਏ ਮਾਤਾ ਹੋਣਾ ਦੀ ਤੇ ਬੱਚੇ ਦੀ ਗੁੱਡ ਗੁੱਡ ਬਹੁਤ ਅੱਛੇ ਛੋਟਾ ਸ਼ੁਭ ਤਬਾਅਸ ਹੋਣਾ ਪਿੰਕ ਪਿੰਕ ਜਿੰਨਾ ਕਿ ਮੈਂ ਮਤਲਬ ਆਪਦੀ ਗੋਦੀ ਚ ਰੱਖਿਆ ਤੇ ਕਹਿੰਦੇ ਹੁੰਦੇ ਨੇ ਵੀ 15 20 ਦਿਨ ਬਾਅਦ ਬੱਚੇ ਦਾ ਚਿਹਰਾ ਬਦਲ ਜਾਂਦਾ ਤੇ ਸ਼ਾਇਦ ਥੋੜਾ ਬਹੁਤ ਚੇਂਜ ਹੋਵੇ ਪਰ ਮੈਨੂੰ 80% ਜਿਹੜਾ ਮੇਰਾ ਰਿਜ਼ਲਟ ਹੈ ਦੂਜਾ ਸ਼ੁਭ ਸੇਮ ਸੇਮ ਉਹੀ ਚੀਜ਼ ਹੈ ਉਹ ਬਹੁਤ ਸ਼ਕਲ ਬਿਲਕੁਲ ਮਿਲਦੀ ਹੈ ਆ ਚੀਜ਼ ਨੋ ਜੀ ਆਸ ਇਸ ਆਸ ਇਸ ਸੇਮ ਸੇਮ ਤੇ ਐ ਦੇਖੋ ਸਰਜਰੀ ਹੋਈ ਹੈ ਹਨ ਤੇ ਥੋੜੇ ਬਾਅਦ 12 24 ਘੰਟੇ ਤੱਕ ਫਿਰ ਮਦਰ ਥੋੜੀ ਜੀ ਟਾਈਡ ਰਹਿੰਦੀ ਹੈ ਹਨ ਤੇ ਬਾਕੀ ਇਨਫੈਕਸ਼ਨ ਤੋਂ ਬਚਾ ਰਹੇ ਆ ਪਿਆਰ ਕਰਨ ਵਾਲੇ ਮੰਨਦੇ ਨੇਗੇ ਹਨਾ ਉਹਨਾਂ ਦਾ ਪਿਆਰ ਵੀ ਸਹੀ ਹੈ ਪਰ ਉਹਨਾਂ ਨੂੰ ਸੇਫ ਰੱਖਣਾ ਵੀ ਜ਼ਰੂਰੀ ਹੈ ਤੇ ਇਸੇ ਕੋਲ ਚ ਅੱਜ ਸਾਰਾ ਦਿਨ ਨਿਕਲ ਗਿਆ ਹੋਈ ਗਲਤ ਆਉਣਾ ਪਹਿਲਾ ਫੋਨ ਕਿਸ ਦਾ ਆ ਤੁਹਾਨੂੰ ਜਾਂ ਪਤਾ ਕਦੋਂ ਲੱਗਿਆ ਤੇ ਜਦੋਂ ਪਤਾ ਲੱਗਿਆ ਉਦੋਂ ਕੀ ਦਿਮਾਗ ਦੇ ਵਿੱਚ ਲੱਗਿਆ ਮੇਰੇ ਫੋਨ ਕਿゼ ਤਾਂ ਨਹੀਂ ਆਇਆ ਮੈਂ ਉੱਥੇ ਹੀ ਸੀਗੀ ਅੱਛਾ ਤੂੰ ਹਸਪੀਟਲ ਸੀ ਹਾਂਜੀ ਤੇ ਰਾਤ ਨੂੰ ਅਸੀਂ ਆ ਜਾਂਦੇ ਸੀਗੇ ਮਤਲਬ 8 8:30 ਵਜੇ ਤੇ ਮਤਲਬ ਹਲੇ ਅੱਜ ਦੀ ਡਿਲੀਵਰੀ ਦਾ ਕੋਈ ਫਾਈਨਲ ਨਹੀਂ ਸੀਗਾ ਅੱਛਾ ਤੇ ਮੈਂ ਆ ਕੇ 2:30 ਹੋ ਜੇ ਮੈਂ ਬੇਟੀ ਨਾਲ ਗੱਲ ਕਰਦੀ ਰਹੀ ਤੇ ਉਹਦੇ ਨਾਲ ਗੱਲ ਕਰਕੇ ਮੇਰਾ ਥੋੜਾ ਜਿਹਾ ਸਟੋਮਕ ਵਿੱਚ ਪੇਨ ਸੀ ਮੈਂ ਟੈਬਲਟ ਲਈਆਂ ਤੇ ਪੈ ਗਈ ਮੈਨੂੰ ਗੋੜੀ ਨੀਂਦ ਆ ਗਈ ਤੇ ਮੇਰੀ ਬੇਟੀ ਦਾ ਫੋਨ ਆਇਆ ਹਸਪੀਟਲ ਸੇ ਨਹੀਂ ਇੱਥੇ ਘਰੇ ਅੱਛਾ ਇੱਥੇ ਘਰ ਮੈਂ ਇੱਕ ਵਾਰੀ ਮਤਲਬ ਦੇਖਿਆ ਕਿਉਂਕਿ ਮੈਨੂੰ ਟੈਬਲੇਟ ਦਾ ਨਸ਼ਾ ਸੀਗਾ ਕੁਝ ਮੈਂ ਮੈਨੂੰ ਨਹੀਂ ਪਤਾ ਲੱਗਿਆ ਵੀ ਮੇਰੀ ਬੇਟੀ ਦਾ ਫੋਨ ਆ ਫੋਨ ਸਰਾਣੇ ਸੀਗਾ ਮੈਂ ਜਦੋਂ ਦੂਜੀ ਵਾਰ ਦੇਖਿਆ ਤੇ ਮੇਰੇ ਹਸਬੰਡ ਦਾ ਫੋਨ ਸੀਗਾ ਤੇ ਫਿਰ ਮੈਂ ਫਟਾਫਟ ਚੱਕ ਲਿਆ ਕਿਉਂਕਿ ਮੇਰੀ ਬੇਟੀ ਢਿੱਲੀ ਸੀ ਹੁਣ ਤਾਂ ਠੀਕ ਹੈ ਮੈਂ ਡਰ ਗਈ ਤੇ ਮੈਂ ਫਟਾਫਟ ਫੋਨ ਚੱਕਿਆ ਮੈਨੂੰ ਕਹਿੰਦੇ ਵਧਾਈਆਂ ਤੂੰ ਭੂਆ ਬਣ ਗਈ ਮੈਗਾ ਬਸ ਉਹਨੂੰ ਫੋੜ ਰੱਖ ਦੋ ਰੱਖ ਦੋ ਰੱਖ ਦੋ ਰੱਖ ਦੋ ਫਿਰ ਤਾਂ ਮੈਂ ਮੈਨਾਂ ਦਾ 7-8 ਮਿੰਟਾਂ ਚ ਹਸਪੀਟਲ ਚ ਉਹੀਂ ਤੇ ਗੋਦੀ ਚੱਕਿਆ ਭਾਬੀ ਦੇ ਤਾਂ ਇੰਜੈਕਸ਼ਨ ਲੱਗਿਆ ਹੋਇਆ ਸੀਗਾ ਬਹੁਤ ਸੋਹਣਾ ਜਦੋਂ ਗੋਦੀ ਚ ਚੱਕਿਆ ਫਿਰ ਉਹਦੇ ਨਾਲ ਮੈਂ ਨਿੱਕੇ ਨਿੱਕੇ ਗੱਲਾਂ ਕੀਤੀਆਂ ਉਹ ਤੂੰ ਆ ਗਿਆ ਤੂੰ ਪੂਰੀ ਦੁਨੀਆ ਦੀ ਤੂੰ ਸੁਣੀ ਮਹਾਰਾਜ ਨੇ ਸੁਣੀ ਜਿਵੇਂ ਗਾਣਾ ਸੀ ਵੱਡੇ ਪੈਰੀਂ ਗਿਆਂ ਨਿੱਕੇ ਪੈਰੀਆਂ ਜਾਂ ਉਹੀ ਗੱਲ ਹੋਗੀ ਉਹੀ ਗੱਲ ਹੋਗੀ ਮੈਂ ਜਦੋਂ ਦਾ ਸ਼ੋਭ ਗਿਆ ਸੀ ਨਾ ਤੇ ਮੇਰੇ ਮੂਹ ਤੇ ਕੀ ਗੱਲ ਕਿਉਂਕਿ ਮੈਨੂੰ ਉਹਦੇ ਪੈਰ ਤੇ ਹੱਥ ਬੜੇ ਪਸੰਦ ਸੀਗੇ گول گول ਬਾਵਾ ਮਤਲਬ ਮਾਂ ਦੀ ਖਰਾਕ ਦਾ ਪਤਾ ਲੱਗਦਾ ਸੀ ਹਨ ਵੀ ਪੂਰਾ ਹੱਟਾ ਕੱਟਾ ਗੱਭਰੂ ਮਾਂ ਨੇ ਬੜੇ ਲਾਡਾ ਨਾਲ ਪਾਲਿਆ ਪਤਾ ਲੱਗਦਾ ਸੀ ਵੀ ਮਾਂ ਦੀ ਖਰਾਕ ਖਾਧੀ ਹੈ ਤੇ ਪੈਰ ਜਦੋਂ ਮੈਂ ਉਹਦੇ ਪੈਰਾਂ ਵੱਲ ਦੇਖਦੇ ਸੀ ਤੇ ਉਹਦੇ ਚੱਪਲ ਹੀ ਪਾਏ ਹੁੰਦੇ ਸੀ ਤੇ ਜਦੋਂ ਉਹ ਚਲਾ ਗਿਆ ਤੇ ਬਸ ਮੈਨੂੰ ਕਿਉਂਕਿ ਔਰਤ ਕਰ ਵੀ ਕੀ ਸਕਦੀ ਹੈ ਜੀ ਹੈਨਾ ਔਰਤ ਕਿਤੇ ਜਾ ਕੇ ਮੈਂ ਮੇਰੇ 'ਚ ਸ਼ਾਇਦ ਐਨੀ ਪਾਵਰ ਹੈ ਨਹੀਂ ਸੀ ਵੀ ਮੈਂ ਕਿਸੇ ਨਾਲ ਲੜਦੀ ਤੇ ਮੈਂ ਹਮੇਸ਼ਾ ਹੀ ਕਰ ਅਰਦਾਸ ਕਰਦੀ ਹੁੰਦੀ ਸੀ ਜੇ ਕੋਈ ਇੰਟਰਵਿਊ ਵਾਲਾ ਵੀ ਮੈਨੂੰ ਪੁੱਛਦਾ ਹੁੰਦਾ ਸੀ ਮੈਂ ਕਹਿੰਦੀ ਸੀ ਵੀ ਮੈਂ ਐਨਾ ਕੁ ਕਰ ਸਕਦੀ ਹਾਂ ਵੀ ਜੇ ਪ੍ਰਮਾਤਮਾ ਆਜ ਤੇ ਉਹ ਕਹੇ ਵੀ ਤੂੰ ਸ਼ੋਭਲੇ ਕੀ ਕਰ ਸਕਦੀ ਹੈ ਵੀ ਜੇ ਸ਼ੋਭਨ ਵਾਪਸ ਕਰ ਦੇ ਤਾ ਮੈਂ ਸੱਚੀ ਮੈਂ ਉਹਦੇ ਲਈ ਜਾਨ ਵੀ ਦੇ ਸਕਦੀ ਸੀ ਵੀ ਜੇ ਪਰਮਾਤਮਾ ਕਹਿ ਦਿੰਦਾ ਨਾ ਵੀ ਮੈਂ ਉਹਨੂੰ ਦੁਬਾਰਾ ਜਨਮ ਦੇਣਾ ਤੇ ਪਰ ਤੇਰੇ ਸਾਹ ਚਾਹੀਦੇ ਆ ਮੈਂ ਦੇ ਦਿੰਦੀ ਜਦੋਂ ਤੁਸੀਂ ਗਏ ਤੇ ਉੱਥੇ ਬੇਬਾਪੂ ਹੁਣੀ ਬੈਠੇ ਹੋਣਗੇ ਉਹਨਾਂ ਦੇ ਕੀ ਹਾਵ ਪਾਉ ਸੀ ਤੇ ਤੁਸੀਂ ਜਦੋਂ ਇੱਕ ਉਹਨਾਂ ਨੂੰ ਦੇਖਿਆ ਹੋਣਾ ਕਿਉਂਕਿ ਕਿਤੇ ਤਾਂ ਕਿਤੇ ਤੁਹਾਨੂੰ ਪਤਾ ਤੁਹਾਨੂੰ ਚੱਲ ਗਿਆ ਸੀ ਫੋਨ ਆ ਗਿਆ ਸੀ ਪਰ ਜਦੋਂ ਦਿਮਾਗ ਦੇ ਵਿੱਚ ਖਿਆਲ ਬਹੁਤ ਆਉਂਦੇ ਹੋਣੇ ਉਹ ਟਾਈਮ ਆ ਦੇ ਸੋਚਦਾ ਨਹੀਂ ਹੁੰਦਾ ਬੰਦੇ ਨੂੰ ਕੁਝ ਤੇ ਇੱਕੋਦਮ ਜੋ ਤੁਸੀਂ ਦਰਵਾਜ਼ਾ ਖੋਲ੍ਹਿਆ ਹੋਣਾ ਸਾਹਮਣੇ ਬੈਠਾ ਹੋਣਾ ਬੱਚਾ ਵੀ ਤੇ ਨਾਲ ਮਾਪੇ ਵੀ ਬੈਠੇ ਹੋਣੇ ਆ ਉਹ ਵੀ ਸਾਨੂੰ ਸਮਝਾਓ ਕਿ ਉਦੋਂ ਕਿਵੇਂ ਲੱਗਿਆ ਪੂਰਾ ਹਸਪੀਟਲ ਦੇਖੋ ਜੀ ਪੂਰਾ ਹਸਪੀਟਲ ਭਰਿਆ ਹੋਇਆ ਸੀ ਅਰਲੀ ਮਾਰਨਿੰਗ ਤੁਸੀਂ ਸੋਚ ਸਕਦੇ ਹੋ ਵੀ ਲੋਕਾਂ ਨੂੰ ਕਿੰਨਾ ਚਾ ਸੀ ਅੱਛਾ ਲੋਕ ਬਾਹਰ ਹੀ ਖੜੇ ਸੀ ਬਾਹਰ ਕੇ ਅੰਦਰ ਤੱਕ ਬਾਪੂ ਜੀ ਨੂੰ ਘੇਰਿਆ ਹੋਇਆ ਸੀ ਵੀਰ ਜੀ ਹੋ ਰਹੇ ਨੂੰ ਵੀ ਮੈਂ ਮਾਨ ਲੀ ਪੂਰਾ ਹਸਪੀਟਲ ਭਰਿਆ ਹੋਇਆ ਸੀ ਪੂਰਾ ਫਿਰ ਹਾਰ ਕੇ ਡਾਕਟਰ ਨੇ ਕਿਹਾ ਵੀ ਜਿਹੜੇ ਸਾਡੇ ਹਾਰਟ ਦੇ ਪੇਸ਼ੈਂਟ ਨੇ ਉਹ ਥੋੜੇ ਜਿਹਾ ਪ੍ਰੋਬਲਮ ਚ ਆਉਂਦੇ ਨੇ ਤੇ ਤੁਸੀਂ ਹੌਲੀ 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 ਕਰਕੇ ਤੇ ਵੀਰ ਜੀ ਤਾਂ ਮਤਲਬ ਵਧਾਈਆਂ ਦੇ ਜਵਾਬ ਦੇ ਰਹੇ ਸੀ ਵਧਾਈਆਂ 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 ਅੱਜ ਦਾ ਦਿਨ ਬਹੁਤ ਭਾਗਾ ਭਰਿਆ ਚੜਿਆ ਬਹੁਤ ਭਾਗਾ ਭਰਿਆ ਚੜਿਆ ਮੈਂ ਕਹਿੰਦੀ ਹੂ ਵੀ ਇਹੋ ਜਿਹਾ ਦਿਨ ਹਰ ਮਾਂ ਬਾਪ ਦੇ ਆਵੇ ਜਿਸ ਕਿਸੇ ਮਾਪੇ ਦੇ ਸੱਟ ਲੱਗੇ ਆ ਨਾ ਤੇ ਉਹ ਸਾਰੇ ਮਾਪੇ ਆਪਾਂ ਲਈ ਵੀ ਜੇ ਆਪਾਂ ਅਰਦਾਸ ਕਰੀਏ ਕਿਉਂਕਿ ਸ਼ੁਭ ਤੋ ਆਪਾਂ ਨੂੰ ਪਤਾ ਲੱਗਿਆ ਨਾ ਵੀ ਕਿਸੇ ਦੀ ਅਰਦਾਸ ਬੇਅਰਥੀ ਨਹੀਂ ਗਈ ਪੂਰੀ ਦੁਨੀਆ ਦੀ ਅਰਦਾਸ ਸੀ ਪੂਰੀ ਦੁਨੀਆ ਦੀ ਜਿਹੜੇ ਪੰਜਾਬੀ ਨੂੰ ਜਾਣਦੇ ਨੇ ਉਹਨਾਂ ਦੀ ਵੀ ਅਰਦਾਸ ਸੀ ਤੇ ਹੁਣ ਆਪਾਂ ਇਹ ਕੰਮ ਕਰੀਏ ਇੱਕ ਵੀ ਜਿਨ੍ਹਾਂ ਮਾਵਾ ਦੇ ਕੱਲੇ ਕੱਲੇ ਪੁੱਤੋ ਜਾਂ ਬੇਟੀਆਂ ਚਲੀਆਂ ਗਈਆਂ ਵੀ ਸੱਚੇ ਪਾਤਸ਼ਾਹ ਜਿਵੇਂ ਸਾਡੀ ਆ ਸ਼ੋਭਾ ਵਾਲੀ ਅਰਦਾਸ ਹੋਣੀ ਹੈ ਤੇ ਜਦੋਂ ਵੀ ਕਿਤੇ ਅਸੀਂ ਕਿਸੇ ਮਾਪੇ ਲਈ ਅਰਦਾਸ ਕਰੀਏ ਤਸੱਦੀਏ ਜ਼ਰੂਰ ਸੁਣ ਲਿਆ ਕਰੀ ਇੱਕ ਉਹ ਵੀ ਸਮਾਂ ਸੀ ਜਦੋਂ ਸਿੱਧੂ ਮੂਸੇਵਾਲੇ ਦਾ ਜਦੋਂ ਕਤਲ ਹੁੰਦਾ ਉਸ ਤੋਂ ਬਾਅਦ ਬਹੁਤ ਤਸਵੀਰਾਂ ਜਿਹੜੀਆਂ ਆਉਂਦੀਆਂ ਦਿਲ ਨੂੰ ਬਹੁਤ ਸੱਟ ਮਾਰਦੀਆਂ ਜਦੋਂ ਮਾਪਿਓ ਉਹਦੀ ਡੈੱਡ ਬੋਡੀ ਦੇ ਆਸ-ਪਾਸੇ ਬੈਠੇ ਹੁੰਦੇ ਆ ਤੇ ਬੜਾ ਲੱਗ ਰਿਹਾ ਸੀ ਜਿਵੇਂ ਇੱਕ ਬੇਵਸ ਮਾਪਿਓ ਕਿਉਂਕਿ ਮੌਤ ਦੇ ਅੱਗੇ ਕਿਸਦਾ ਕੋਈ ਬਸ ਨਹੀਂ ਚੱਲਦਾ ਪਰ ਦੂਜੇ ਪਾਸੇ ਅੱਜ ਉਹੀ ਗੋਦੀ ਦੇ ਵਿੱਚ ਰੱਬ ਕਰ ਦੇ ਹੈ ਨਾ ਪ੍ਰਮਾਤਮਾ ਵੱਲੋਂ ਕੋਈ ਮਾਰ ਪੈ ਜੀ ਫਿਰ ਵੀ ਮਾਪਿਓ ਕਹਿ ਦਿੰਦੇ ਆ ਵੀ ਭਾਈ ਇਹ ਹੀ ਐਨੀ ਸੀ ਪਰਮਾਤਮਾ ਦੇ ਹੱਥ ਵਸ ਸੀ ਕਹਿੰਦੀ ਜਦੋਂ ਬੰਦਾ ਬੰਦੇ ਨਾਲ ਕਰਦਾ ਨਾ ਉਦੋਂ ਬਰਦਾਸ਼ਤobar ਹੋ ਜਾਂਦਾ ਜਦੋਂ ਪਰਮਾਤਮਾ ਕਰਦਾ ਆਪਾਂ ਨੂੰ ਬਹੁਤ ਜਲਦੀ ਸਬਰ ਆ ਜਾਂਦਾ ਹੈ ਨਾ ਆਪਾਂ ਕਹਿੰਦੇ ਆ ਚਲੋ ਵਾਹਿਗੁਰੂ ਜੀ ਮਾਜੀ ਸੀ ਨਾ ਪਰਮਾਤਮਾ ਦੀ ਕੀਤੀ ਤੇ ਆਪਾਂ ਨੂੰ ਸਬਰ ਆ ਜਾਂਦਾ ਪਰ ਜਦੋਂ ਬੰਦਾ ਬੰਦੇ ਨਾਲ ਕਰਦਾ ਨਾ ਉਹ ਤੇ ਸਬਰ ਕਰਨਾ ਬਹੁਤ ਔਖਾ ਬਹੁਤ ਤੇ ਮੈਂ ਇਹ ਕਹਨੇ ਵੀ ਪਾ ਵੀ ਵਰਗੀਆਂ ਔਰਤਾਂ ਤੇ ਵੀਰ ਵਰਗੇ ਵੀਰ ਵਰਗੇ ਇਨਸਾਨ ਘਰ ਘਰ ਦਲੇਰ ਪੈਦਾ ਹੋਣ ਜਿਹੜੇ ਆਪਣੇ ਬੱਚਿਆਂ ਲਈ ਵੀ ਲੜਨ ਆਪਣੇ ਬੱਚਿਆਂ ਦਾ ਇਨਸਾਫ ਵੀ ਮੰਗਣ ਤੇ ਨਾਲ-ਨਾਲ ਆਪਣੀ ਪੀੜ੍ਹੀ ਨੂੰ ਵੀ ਅੱਗੇ ਵਧਾਉਣ ਕਿਉਂਕਿ ਆਪਦੇ ਪਹਿਲੇ ਬੱਚੇ ਦੀ ਜਿਹੜੀ ਮਿਹਨਤ ਕੀਤੀ ਸੀ ਉਹਨਾਂ ਨੇ ਵਿਅਰਥ ਨਹੀਂ ਜਾਣ ਦਿੱਤੀ ਕਾਨੂੰਨ ਨਾਲ ਵੀ ਲੜਲੇ ਨੇ ਇਨਸਾਫ ਵੀ ਮੰਗ ਰਹੇ ਨੇ ਤੇ ਸ਼ੋਭ ਨੂੰ ਵੀ ਵਾਪਸ ਲਿਆ ਇਕੋ ਤੁਸੀਂ ਵੀਰ ਸੀ ਜਦੋਂ ਡਾਕਟਰ ਲੈ ਕੇ ਜਾਂਦੇ ਆ ਨਰਸਸ ਜਿਹੜਾ ਮਾਤਾ ਚਾਨਾ ਚੰਕੌਰ ਹੋਣਾ ਦੇ ਮੂੰਹ ਦੇ ਕੋਲ ਬੱਚੇ ਦਾ ਮੂੰਹ ਲਗਾਉਂਦੇ ਤੇ ਉਦੋਂ ਭਾਵੁਕ ਵੀ ਹੁੰਦੇ ਨੇ ਬਿਲਕੁਲ ਜੀ ਹੋਣਾ ਹੀ ਸੀ ਕਿੰਨੇ ਸੁਫਨੇ 9 ਮਹੀਨੇ ਢੇਟ ਦੇ ਅੰਦਰ ਇੱਕ ਡਰ ਵੀ ਸੀ ਸੁਫਨੇ ਵੀ ਸੀ ਚਾ ਵੀ ਸੀ ਪਰ ਮੈਂ ਇੱਕ ਗੱਲ ਨੋਟ ਕੀਤੀ ਸੀ ਭਾਬੀ ਇਸ ਬੱਚੇ ਨੂੰ ਜਨਮ ਦੇ ਨਾਲ ਨਾਲ ਆਇਆ ਵੀ ਸੀ ਵੀ ਚਲੋ ਸਾਡੇ ਪੀੜੀ ਅੱਗੇ ਵੱਧ ਗਈ ਪਰ ਪਰ ਵੀ ਪਰ ਪਰ ਡੋਲਦੀ ਸੀ ਸਿੱਧੂ ਮਸਨੂਰ ਜਾਂ ਪਰ ਪਰ ਡੋਲਦੀ ਸੀ ਗੱਲ ਗੱਲ ਤੇ ਫਿਰ ਸਾਡੇ ਵਰਗੇ ਆਏ ਕਹਿੰਦੇ ਹੁੰਦੇ ਸੀ ਭਾਬੀ ਪਲੀਜ਼ ਜਦ ਤੱਕ ਨਿੱਕਾ ਸ਼ੋਭ ਨਹੀਂ ਆਉਂਦਾ ਤੁਸੀਂ ਟੈਨਸ਼ਨ ਨਹੀਂ ਲੈਣੀ ਤੁਸੀਂ ਸਟੈਸ ਨਹੀਂ ਲੈਣਾ ਸੱਚੀ ਪਰ ਪਰ ਡੋਲਦੇ ਸੀ ਆਏ ਡਿੱਗਦਾ ਸੀ ਨੀਰ ਉਹਨਾਂ ਦੀ ਅੱਖਾਂ ਚੋਂ ਹਰ ਨੁੱਕੇ ਹੁੰਦੇ ਦੀ ਗੱਲ ਉਹਨਾਂ ਨੂੰ ਯਾਦ ਸੀ ਜਦੋਂ ਅਸੀਂ ਬਹਿ ਜਾਂਦੇ ਸੀ ਨਾ ਰੂਮ 'ਚ ਨਿੱਕੀ ਤੋਂ ਨਿੱਕੀ ਗੱਲ ਸੁਣਾਉਂਦੇ ਰਹਿੰਦੇ ਸੀ ਐਂ ਕਰਦਾ ਹੁੰਦਾ ਸੀ ਐਂ ਕਰਦਾ ਹੁੰਦਾ ਸੀ ਫਿਰ ਮੈਂ ਐਂ ਬਹਿ ਕੇ ਐਂ ਚਾਹਕਦੀ ਰਹਿੰਦੀ ਮੂੰਹ ਵੱਲ ਵੀ ਮਾਪਿਓ ਕਿੰਸੀ ਚੀਜ਼ ਹੁੰਦੇ ਨੇ ਸ਼ਾਇਦ ਬੱਚੇ ਵੱਡੇ ਹੋ ਕੇ ਭੁੱਲ ਜਾਂਦੇ ਹਨਾ ਮਾਂ ਬਾਪ ਉਹਨਾਂ ਦੀ ਕੋਈ ਵੀ ਚੀਜ਼ ਨਹੀਂ ਭੁੱਲਦੇ ਮਾਹਬਾਪ ਕਿੰਸੀ ਚੀਜ਼ ਬਣਾਈ ਹੈ ਰੱਬ ਨੇ ਇਹ ਗੈਸਚਰ ਜਬਾਕ ਦਾ ਯਾਦ ਰਹਿੰਦਾ ਮੈਂ ਕਿ ਨਹੀਂ ਇੱਕ ਇੱਕ ਪੁਆਇੰਟ ਮੈਂ ਹੈਰਾਨ ਸੀ ਉਹ ਵੀ ਕਹਿੰਦੇ ਉਹਨਾਂ ਜਦੋਂ ਇਸ ਨੂੰ ਦੇਖਿਆ ਉਹਨਾਂ ਛੋਟੇ ਛੁੱਭ ਨੂੰ ਇੱਕ ਗੱਲ ਉਹਨਾਂ ਨੇ ਮੈਨੂੰ ਦੱਸੀ ਮੈਂ ਹੈਰਾਨ ਵੀ ਇਹ ਜੇ ਪੁੱਤ ਘਰ ਘਰ ਪੈਦਾ ਹੋਣ ਕਹਿੰਦੇ ਐਡਾ ਸਟਾਰ ਬਣ ਗਿਆ ਸੀ ਦੁਨੀਆ ਨੂੰ ਦੇਖਣ ਨੂੰ ਤਰਸੇਦੀ ਸੀ ਸਿਆਲ ਹੁੰਦੀ ਗਰਮੀ ਹੁੰਦੀ ਕਹਿੰਦੇ ਸਵੇਰ ਦੇ 10-15 ਮਿੰਟ ਉਹਨੇ ਮੇਰੇ ਨਾਲ ਹੀ ਸੌਣਾ ਹੁੰਦਾ ਸੀ ਜੇ ਸਰਦੀ ਹੁੰਦੀ ਸੀ ਤਾਂ ਰਜਾਈ ਚਾਕੇ ਮੇਰੇ ਬੈੱਡ ਤੇ ਆ ਜਾਂਦਾ ਸੀ ਜੇ ਗਰਮੀ ਹੁੰਦੀ ਸੀ ਤਾਂ ਉਹਦਾ ਕੰਬਲ ਚਾਕੇ ਦੇਖੋ ਕਿੱਡਾਤਰੋਂ ਉਤਾਰਾ ਜਿਹਨੂੰ ਦੁਨੀਆ ਦੇਖਣ ਨੂੰ ਤਰਸਦੀ ਸੀ ਤੇ ਉਹ ਮਾਂ ਦਾ ਸਾਥ ਨਹੀਂ ਛੱਡਦਾ ਸੀ ਹੈਨਾ 15 ਮਿੰਟ ਮਤਲਬ ਉਹਨਾਂ ਨੇ ਕਹਿੰਦੇ ਮੇਰੇ ਨਾਲ ਪੈਣਾ ਹੀ ਪੈਣਾ ਉਸ ਤੋਂ ਬਾਅਦ ਕਹਣਾ ਜਾ ਮਾਂ ਕੰਮ ਕਰ ਲੈ ਅਹੀ ਸੀ ੜਾਦ ਨੂੰ ਗਵਾਉਣਾ ਤਕੜੇ ਸੀ ਮਾਂ ਬਾਪ ਬਹੁਤ ਤਕੜੇ ਸੀ ਮੈਂ ਤਾਂ ਕਹਿੰਦੀ ਮਾਂ ਬਾਪ ਨੂੰ ਐਨੇ ਤਕੜੇ ਹੋ ਕੇ ਰਹਿਣਾ ਚਾਹੀਦਾ ਸਤੂ ਦੇ ਫਾਦਰ ਹੋਣਾ ਦਾ ਉਹਨਾਂ ਦਾ ਹੀ ਬਾਰੇ ਵੀ ਦੱਸੋ ਉਹਨਾਂ ਦੇ ਕੀ ਹਾਪਾ ਕਿਉਂਕਿ ਲੋਕ ਬਹੁਤ ਜਾਨਣਾ ਚਾਹੁੰਦੇ ਨੇ ਲੋਕਾਂ ਨੂੰ ਇਹ ਹੈ ਕਿ ਕਿਵੇਂ ਨਾ ਕਿਵੇਂ ਅਸੀਂ ਮਿਲੀਏ ਸਭ ਕੁਝ ਗੱਲਾਂ ਕਰੀਏ ਕਿਉਂਕਿ ਇੱਕ ਕਹਿੰਦੇ ਨਾ ਕਿ ਆਪਾਂ ਸੁਣਦੇ ਹੁੰਦੇ ਸੀ ਕਹਾਣੀਆਂ ਦੇ ਵਿੱਚ ਕਿਰਸ਼ਮਾ ਹੋਣਾ ਮੈਰਾਕਲ ਕਿਵੇਂ ਵਾਪਰਦੇ ਨੇ ਕਿਤੇ ਨਾ ਕਿਤੇ ਉਹ ਚੀਜ਼ਾਂ ਮੈਂ ਸੁਣਦੀ ਮੈਂ ਵੀ ਤੁਹਾਡੇ ਮੰਗੂ ਸੁਣਦੀ ਹੁੰਦੀ ਸੀ ਵੀ ਫਲਾਣੀ ਥਾਂ ਤੇ ਕਿਰਸ਼ਮਾ ਹੋਇਆ ਤੇ ਕਿਹੜੀ ਥਾਂ ਤੇ ਕੋਈ ਮਤਲਬ ਗਿਆ ਸੀ ਉਹ ਵਾਪਸ ਆਇਆ ਇਹ ਵੀ ਕਿਰਸ਼ਮਾ ਹੈ ਤੇ ਉਹ ਇੱਕ ਫਾਦਰ ਦੀ ਡਿਊਟੀ ਵੀ ਨਿਭਾ ਰਹੇ ਨੇ ਉਹ ਉਹਦੇ ਪਿਆਰ ਕਰਨ ਵਾਲਿਆਂ ਨਾਲ ਦੀ ਡਿਊਟੀ ਵੀ ਨਿਭਾ ਰਹੇ ਨੇ ਉਹਨਾਂ ਨੂੰ ਵੀ ਮਿਲ ਰਹੇ ਨੇ ਕਿਸੇ ਨੂੰ ਉਹ ਨਾਰਾਜ਼ ਨਹੀਂ ਕਰਦੇ ਕਿਸੇ ਨੂੰ ਵੀ ਤੇ ਡੱਬਿਆਂ ਦੇ ਢੇਰ ਲੱਗੇ ਪਏ ਸੀ ਬੁੱਕਿਆਂ ਦੇ ਢੇਰ ਲੱਗੇ ਪਏ ਸੀ ਬੱਸ ਜੀ ਆਏ ਸੀਗਾ ਵੀ ਰੱਬ ਹੀ ਉਤਰਿਆ ਹੋਇਆ ਸੀ ਕੋਈ ਪਹਿਲੇ ਚਾਰ ਸ਼ਬਦ ਜਿਹੜੇ ਉਹਨਾਂ ਨੇ ਕਹੇ ਹੁਣ ਜਦੋਂ ਗੋਦੀ 'ਚ ਖੜਾਇਆ ਗੋਦੀ ਚੱਕਿਆ ਗੁੜਤੀ ਦੇ ਰਹੀ ਸੀ ਨੀ ਗੁਰਤੀ ਦਾ ਨਹੀਂ ਮੈਨੂੰ ਪਤਾ ਤੁਹਾਨੂੰ ਪਤਾ ਵੀ ਮੈਂ ਝੂਠ ਨਹੀਂ ਬੋਲਦੀ ਹਨ ਵੀ ਉਹ ਗੁਰਤੀ ਕੀ ਨਹੀਂ ਦਿੱਤੀ ਅ ਜੱਕਾ ਦੋ ਦਿੱਤੀ ਯਾ ਹਲੇ ਦੇਣੀ ਹੈ ਹਨ ਵੀ ਮੈਨੂੰ ਨਹੀਂ ਪਤਾ ਸ਼ਾਇਦ ਪਾਣੀ ਕੁਛ ਸ਼ਾਇਦ ਅੰਦਰ ਹਾਂ ਕੁਛ ਤਾਂ ਜਦੋਂ ਉਹ ਵੀਰ ਜੀ ਪਿਆਰੇ ਨੇ ਸ਼ਾਇਦ ਉਹ ਜ਼ਰੂਰੀ ਹੋਵੇ ਉਹ ਚੀਜ਼ ਹਨ ਉਹ ਗੁਰਤੀ ਦੇ ਰੂਪ ਚ ਹੋਵੇ ਤੇ ਹੋ ਸਕਦਾ ਕਿਸੇ ਮਹਾਤਮਾ ਦਾ ਪ੍ਰਸ਼ਾਦ ਹੋਵੇ ਹੋ ਸਕਦਾ ਗੁਰੂ ਸਾਹਿਬ ਦੀ ਹਜ਼ੂਰੀ ਦਾ ਪ੍ਰਸ਼ਾਦ ਹੋਵੇ ਹੋ ਸਕਦਾ ਡਾਕਟਰ ਨੇ ਕਿਹਾ ਹੋਵੇ ਜਿਹੜੀ ਚੀਜ਼ ਬਾਰੇ ਆਪਾਂ ਨਹੀਂ ਜਾਣਦੇ ਹਨ ਉਹਦੇ ਬਾਰੇ ਆਪਾਂ ਕਹਿ ਨਹੀਂ ਸਕਦੇ ਤੇ ਪਰ ਬੜੇ ਖੁਸ਼ ਹੋ ਕੇ ਦੱਸ ਰਹੇ ਸੀ ਕਹਿੰਦੇ ਵੀ ਮੈਂ ਡਰਾਂ ਛੋਟਾ ਸੀਗਾ ਹਨ ਤੇ ਕਹਿੰਦੇ ਵੀ ਮੈਂ ਜਦੋਂ ਗੋਦੀ ਚ ਪਾਇਆ ਤੇ ਡਾਕਟਰ ਕਹਿੰਦੇ ਵੀ ਇਹਦੇ ਮੂੰਹ ਨੂੰ ਆਹ ਜੋ ਉਹਦੇ ਚ ਸੀਗਾ ਪਾਇਆ ਤੇ ਕਹਿੰਦੇ ਘਟ ਘਟ ਕਰਕੇ ਪੀਆ ਕਹਿੰਦੇ ਜਦੋਂ ਮੈਂ ਦੂਜਾ ਚਮਚਾ ਪਾਇਆ ਘਟ ਘਟ ਕਰਕੇ ਪੀ ਗਿਆ ਜਦੋਂ ਮੈਂ ਤੀਜਾ ਚਮਚਾ ਪਾਇਆ ਘਟ ਘਟ ਕਰਕੇ ਪੀ ਗਿਆ ਦੇਖੋ ਉਹ ਬਾਪ ਕਿੰਨਾ ਖੁਸ਼ ਹੋਣਾ ਤੇ ਹੋਰ ਰਿਸ਼ਤੇ ਜਿਹੜੇ ਉਹਨੂੰ ਬੇਅੰਤ ਹਮ ਮੁਹੱਬਤ ਕਰਦੇ ਨੇ ਜਿਹੜੇ ਦੁਨੀਆ ਦੇ ਸਾਹਮਣੇ ਨਹੀਂ ਆ ਰਹੇ ਤੁਸੀਂ ਦੇਖੋ ਵੀ ਉਹ ਕਿੰਨਾ ਦੂਰ ਬੈਠੇ ਰੱਬ ਦਾ ਸ਼ੁਕਰੀਆ ਦਾ ਕਰ ਰਹੇ ਹੋਣੇ ਕੁਝ ਰਿਸ਼ਤੇ ਐਸੇ ਵੀ ਹੈ ਜਿਹੜੇ ਦੁਨੀਆ ਸਾਹਮਣੇ ਨਹੀਂ ਆ ਰਹੇ ਪਰ ਉਹਨਾਂ ਦਾ 150% ਅਰਦਾਸ ਹੈ 150% ਉਹਨਾਂ ਦੀ ਮਿਹਨਤ ਹੈ ਉਹਨਾਂ ਦਾ ਦੇਣਾ ਵੀ ਬੱਚੇ ਅਸੀਂ ਤੁਹਾਡਾ ਦੇਣਾ ਨਹੀਂ ਦੇ ਸਕਦੇ ਬੜੇ ਪਿਆਰ ਕਰਨ ਵਾਲਿਆਂ ਦੇ ਇਹਦੇ ਚ ਉਹ ਨੇ ਬੜੇ ਪਿਆਰ ਕਰਨ ਵਾਲਿਆਂ ਦੀ ਮੈਂ ਕਹਿੰਨੇ ਵੀ ਕੋਈ ਇੰਨਾ ਪਿਆਰ ਕਰ ਸਕਦਾ ਕਿਸੇ ਨੂੰ ਮੈਂ ਜਦੋਂ ਅੰਦਰੋਂ ਡੂੰਘੀਆਂ ਗੱਲਾਂ ਸੁਣਦੀ ਆ ਮੈਂ ਹੈਰਾਨ ਹੁੰਨੇ ਵੀ ਕੋਈ ਕਿਸੇ ਨੂੰ ਇੰਨਾ ਪਿਆਰ ਕਰ ਸਕਦਾ ਕਿਉਂ ਕੀਤਾ ਕਿਉਂਕਿ ਇਸੇ ਦੇ ਕਾਬਲ ਸੀ ਉਹ ਮਾ ਬਾਬੀ ਸਾਦੇ ਰਹੇ ਮੈਨੂੰ ਸ਼ੁਭ ਤੋਂ ਜਾਣਦੇ ਪਹਿਲਾਂ ਦੀ ਗੱਲ ਆ ਭਾਬੀ ਨੇ ਇੱਕ ਵਾਰੀ ਗੱਲ ਕੀਤੀ ਕਹਿੰਦੀ ਵੀ ਮੈਂ ਸ਼ੁਭ ਭਾਵੇਂ ਜਿੱਡਾ ਮਰਜ਼ੀ ਸਟਾਰ ਬਣ ਗਿਆ ਤੇ ਮੈਂ ਕਹਿੰਦੇ ਬਾਹਰ ਉੱਠ ਕੇ ਗੇਟ ਨੂੰ ਸੰਭਰਨਾ ਹੀ ਸੰਭਰਨਾ ਪਾਣੀ ਛਿੜਕ ਕੇ ਤੇ ਇੱਕ ਦਿਨ ਸ਼ੁਭ ਕਹਿੰਦਾ ਮਾਂ ਹੁਣ ਤਾਂ ਛੱਡ ਦੇ ਕਿ ਮੈਂ ਕਿਆ ਦੇਖ ਤੂੰ ਜਿੱਡਾ ਮਰਜ਼ੀ ਸਟਾਰ ਬਣ ਜਾ ਜੋ ਮਰਜ਼ੀ ਹੋ ਜਾ ਤੇ ਵੀ ਮੈਨੂੰ ਆਹ ਕੰਮ ਆਪਦਾ ਕੀਤੇ ਬਗੈਰ ਸ਼ਾਂਤੀ ਨਹੀਂ ਆਉਂਦੀ ਭਾਬੀ ਆਪਦਾ ਕੰਮ ਬਹੁਤ ਕਰਦੀ ਪੂਰੇ ਘਰ ਨੂੰ ਸਾਂਭਦੀ ਕਦੇ ਉਹਦੇ ਤੇ ਆਪਦੇ ਪੁੱਤ ਦੇ ਸਟਾਰ ਹੋਣ ਦਾ ਨਹੀਂ ਚੜਿਆ ਨਾ ਵੀਰ ਜੀ ਤੇ ਚੜਿਆ ਬਸ ਜੋ ਸਿੰਪਲ ਸਾਦੀ ਜਨਾਨੀ ਸੀ ਅੱਜ ਵੀ ਹੋਈ ਹੈ ਸਾਰੇ ਇੱਕ ਤਾਂ ਉਹ ਗੱਲ ਯਾਦ ਕਰ ਰਹੇ ਨੇ ਕਹਿੰਦੇ ਜਦੋਂ ਸੋਚੇ ਰਹੇ ਕਿਉਂਕਿ ਲੋਕਾਂ ਨੂੰ ਬੜੀ ਐਕਸਾਈਟਮੈਂਟ ਹੈ ਲੋਕ ਬੜੇ ਇਮੋਸ਼ਨ ਜੁੜੇ ਹੋਏ ਨੇ ਕੱਠ ਹਵੇਲੀ ਦੇ ਵਿੱਚ ਬਹੁਤ ਹੋ ਗਿਆ ਲੋਕਾਂ ਦੀਆਂ ਦੁਆਵਾਂ ਵੀ ਕਿਵੇਂ ਢੋਲ ਵੱਜ ਰਹੇ ਸੀ ਲੋਕ ਨੱਚ ਰਹੇ ਸੀ ਰੰਗ ਪਾ ਰਹੇ ਸੀ ਇੱਕ ਦੂਜੇ ਤੇ ਉਹੀ ਮੈਂ ਕਹਿ ਰਿਹਾ ਸੀ ਕਿ ਲੋਕ ਹੁਣ ਇਹ ਸੋਚਣ ਲੱਗ ਗਏ ਕਿ ਉਹ ਵੀ ਦਿਨ ਹੋਊਗਾ ਜਦੋਂ ਸੁਰਤ ਸੰਭਾਲੂਗਾ ਉਸ ਤੋਂ ਬਾਅਦ ਫੋਟੋਆਂ ਦੇਖੂ ਹਵੇਲੀ ਦੇ ਵਿੱਚ ਮੂਸੇ ਵਾਲੇ ਦੀਆਂ ਪਈਆਂ ਤੇ ਪੁੱਛੂਗਾ ਤੇ ਫਿਰ ਉਸ ਤੋਂ ਬਾਅਦ ਜਿਹੜਾ ਸਭ ਦੱਸਣਾ ਹੈ ਕਿ ਹਾਂ ਸਿੱਧੂ ਮੂਸੇ ਵਾਲਾ ਕੌਣ ਸੀ ਉਹਨੂੰ ਪਤਾ ਨਹੀਂ ਕੁਝ ਵੀ ਲੇਕਿਨ ਉਹ ਜੋ ਪਤਾ ਲੱਗੂ ਕਿ ਉਹਦਾ ਭਰਾ ਤਾਂ ਬਹੁਤ ਵੱਡਾ ਸਟਾਰ ਸੀ ਜਿਨੇ ਫਖਰ ਹੋਊਗਾ ਹਾਂ ਨਾ ਵੀ ਅੱਛਾ ਰੱਬ ਨੇ ਮੈਨੂੰ ਇਸ ਘਰੇ ਪੈਦਾ ਕੀਤੇ ਹੈਨਾ ਜਿੱਥੇ ਪੂਰੀ ਦੁਨੀਆ 'ਚ ਮੇਰੇ ਭਰਾ ਦਾ ਨਾਮ ਹੈ ਉਹਨੂੰ ਫਕਰ ਹੋਊਗਾ ਸੱਚੀ ਫਕਰ ਹੋਊਗਾ ਹੋਣਾ ਵੀ ਚਾਹੀਦਾ ਹੈ ਹੋਣਾ ਚਾਹੀਦਾ ਬਾਕੀ ਸਭ ਕੁਦਰਤਦਿਆਂ ਖੇਡਾਂ ਨੇ ਉਹ ਕਹਿੰਦੇ ਹੁੰਦੇ ਆ ਨਾ ਵੀ ਉਹਨੇ ਸਟ੍ਰਗਲ ਕੀਤਾ ਮਿਹਨਤ ਕੀਤੀ ਸਟਾਰ ਬਣਿਆ ਕਿਸੇ ਨੂੰ ਉਹਦਾ ਸਟਾਰ ਬਣਨਾ ਪਚਿਆ ਨਹੀਂ ਫਿਰ ਉਹ ਤਾਂ ਜ਼ਿੰਦਗੀ ਖੋਲੀ ਉਹਦੀ ਉਹਦੇ ਸਾਂ ਹੀ ਖੋਲੇ ਉਦੇ ਕੀ ਸਾਖ ਹੋਏ ਮਾਪੇ ਉਦੇ ਸਾਈਂ ਖੋਲੇ ਐਡੀ ਈਰਖਾ ਵੀ ਕਿਸ ਕੰਮ ਦੀ ਐਡੀ ਜਿੱਦਵਾਜੀ ਵੀ ਕਿਸ ਕੰਮ ਦੀ ਵੀ ਕਿਸੇ ਦੇ ਸੁਫਨਿਆਂ ਨੂੰ ਹੀ ਮਾਰ ਦੋ ਛੱਡ ਦੋ ਇਹ ਜਿੱਦਵਾਜੀਆਂ ਇਹਨਾਂ ਚ ਕੁਛ ਨਹੀਂ ਨਿਕਲਣਾ ਕਹਿੰਦੇ ਬਸ ਹੁਣ ਤਾਂ ਤੱਤੀ ਬਾਤੋਂ ਬਚਾ ਕੇ ਰੱਖੇ ਰੱਬ ਸਾਰੇ ਕਹਿ ਵੀ ਰਹੇ ਹੁਣ ਉੱਥੇ ਗੱਲਾਂ ਕਿ ਹੁਣ ਬਸ ਇਹਨੂੰ ਸਭ ਗੱਲਾਂ ਤੋਂ ਬਚਾ ਕੇ ਰੱਖਣਾ ਹੈ ਮੀ ਹਲੇ ਆ ਕੋਈ ਗੱਲ ਨਹੀਂ ਹੋਈ ਬਚਾ ਕੇ ਰੱਖਣਾ ਨਾ ਹੀ ਕੋਈ ਭਾਬੀ ਹੋਰਿਆ ਨੇ ਗੱਲ ਕੀਤੀ ਨਾ ਕੋਈ ਵੀਜ਼ੀ ਹੋਰਿਆ ਨੇ ਉਹ ਤਾਂ ਰੱਬ ਤੇ ਬਹੁਤ ਵਿਸ਼ਵਾਸ ਕਰਦੇ ਉਹ ਕਹਿੰਦੇ ਜਦੋਂ ਮਹਾਰਾਜ ਦੇ ਸਕਦਾ ਤੇ ਇਹਦੀ ਰੱਖਿਆ ਵੀ ਕਰ ਸਕਦਾ ਉਹ ਤਾਂ ਪੋਲੇ ਪੰਛੀ ਨੇ ਰੱਬ ਤੇ ਵਿਸ਼ਵਾਸ ਕਰਨ ਵਾਲੇ ਤੁਸੀਂ ਨੇੜੇ ਬੈਠੇ ਸੀ ਨੈਣ ਨਕਸ਼ ਵੀ ਤੁਸੀਂ ਦੇਖੇ ਹੋਣੇ ਆ ਕਿਉਂਕਿ ਲੋਕਾਂ ਨੂੰ ਤਾਂ ਬੜਾ ਲੋਕ ਨੇ ਕਲਾਜ਼ ਬਣਾਏ ਪਹਿਲਾਂ ਵਾਲੀ ਫੋਟੋ ਤੇ ਹੁਣ ਵਾਲੀ ਫੋਟੋ ਦਾ ਹਾਂ ਮੈਂ ਕਹਿੰਦਾ ਵੀ ਮੈਨੂੰ ਤਾਂ 80% ਸ਼ੁਭ ਲੱਗਿਆ ਹੈ ਨਾ ਉਹਦਾ ਨਾਮ ਆਪਣੇ ਮਤਲਬ ਹੈ ਨਾ ਵੀ ਅ ਰਵਾ ਮਤਲਬ ਆਪਣੇ ਸ਼ੁਰੂ ਤੋਂ ਹੀ ਰਸਮਾਂ ਨੇ ਵੀ ਬੱਚੇ ਨੂੰ ਗੁਰਦੁਆਰੇ ਸਾਹਿਬ ਲੈ ਕੇ ਜਾਂਦੇ ਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਅ ਕਨਿਕਲਦਾ ਹੈ ਜਿਹੜਾ ਪਹਿਲਾ ਅੱਖਰ ਨਿਕਲਦਾ ਹੈ ਉਹਦੇ ਤੇ ਫਿਰ ਆਪਾਂ ਬੱਚੇ ਦਾ ਨਾਂ ਰੱਖਦੇ ਆਂ ਉਹ ਨਾਂ ਭਾਬੀ ਵੀਰ ਜੀ ਹੋਰੇ ਜਾਂ ਉਹਨਾਂ ਦੇ ਚਾਚੇ ਤਾਏ ਨਾਨਕੇ ਦਾਦਕੇ ਉਹਨਾਂ ਦਾ ਵੀ ਬਹੁਤ ਤਕੜਾ ਹੈ ਜੀ ਸਾਂਭਿਆ ਤਾਂ ਉਹਨਾਂ ਨੇ ਹੀ ਆ ਆਪਾਂ ਤਾਂ ਕਦੇ-ਕਦਾਈਂ ਜਾਂਦੇ ਸੀ ਨਾ ਸਭ ਤੋਂ ਵੱਡੀਆਂ ਕੁਰਬਾਨੀਆਂ ਤਾਂ ਨਾਨਕੇ ਦਾਦਕਿਆਂ ਦੀਆਂ ਨੇ ਤੇ ਉਹ ਨਾਂ ਰੱਖਣਗੇ ਉਹ ਨਾ ਨਾ ਹੋਊਗਾ ਪਰ ਮੇਰਾ ਤਾਂ ਸ਼ੋਭੀ ਹੋਊਗਾ ਪਰ ਲੋਕ ਸੋਚ ਰਹੇ ਕਹਿੰਦੇ ਨਾ ਵੀ ਸ਼ੁਭਦੀਪੀ ਹੋਵੇ ਹੈ ਵੀ ਪਰਮਾਤਮਾ ਨੂੰ ਪਤਾ ਜੀ ਹਾਂ ਕਹਿਣਗੇ ਉਹਨੂੰ ਸਾਰੇ ਸ਼ੋਭੀ ਪਰ ਮੈਂ ਨਾ ਜਿਹੜਾ ਮਰਜ਼ੀ ਨਿਕਲਿਆਵੇ ਕਹਿਣਗੇ ਸਾਰੇ ਸ਼ੋਭੀ ਮੇਰੀ ਅੱਜ ਵਾਲੀ ਗੱਲ ਯਾਦ ਰੱਖਿਓ ਕਿਉਂਕਿ ਪਰਿਵਾਰ ਵੀ ਕਹਿ ਰਹੇ ਹੁਣਾਂ ਉੱਤੇ ਮੇਰੇ ਪਰਿਵਾਰ ਦਾ ਨੇ ਮੈਂ ਸੁਣਿਆ ਵੀਰ ਜੀ ਨੇ ਸ਼ਾਇਦ ਕਿਸੇ ਨੇ ਮੈਨੂੰ ਦੱਸਿਆ ਸੀ ਮੈਂ ਮੈਂ ਖੁਦ ਨਹੀਂ ਸੁਣਿਆ ਵੀ ਮੇਰਾ ਸ਼ੁਭ ਆਪਸ ਆ ਗਿਆ ਤੇ ਮੈਂ ਅੱਜ ਇੰਟਰਵਿਊ ਹੋਈਆਂ ਨੇ ਮੈਂ ਸਾਰਿਆਂ ਨੂੰ ਕਿਹਾ ਵੀ ਨਾ ਜਿਹੜਾ ਮਰਜ਼ੀ ਰੱਖ ਦੇਣ ਮੇਰਾ ਤਾਂ ਉਹ ਸ਼ੁਭ ਹੀ ਆ ਅਖੀਰ ਤੇ ਇੱਕ ਜਾਂਦੇ ਜਾਂਦੇ ਕਿਉਂਕਿ ਜਿਨ੍ਹਾਂ ਨੇ ਬਹੁਤ ਸਭ ਤੋਂ ਆਪਾਂ ਕਹਾਂਗੇ ਕਿ ਅਹਿਮ ਰਿਸਪੌਂਸਿਬਿਲਟੀ ਨਿਭਾਈ ਜਿਹੜੇ ਡਾਕਟਰ ਸੀ ਉੱਥੇ ਉਹਨਾਂ ਦਾ ਵੀ ਬਹੁਤ ਵੱਡੇ ਕਹਿੰਦੇ ਨੇ ਕਿ ਡਾਕਟਰ ਤਾਂ ਰੱਬ ਦਾ ਰੂਪ ਹੁੰਦੇ ਨੇ ਉਹ ਸੱਚੀਓ ਅੱਜ ਮੈਨੂੰ ਲੱਗਦਾ ਇਹਦੇ ਲੋਕਾਂ ਨੇ ਦੇਖ ਵੀ ਲਿਆ ਹੋਣਾ ਹੈ ਮੈਂ ਜਾਣਦੀ ਰਹੀ ਹਾਂ ਜੀ ਅ ਮਤਲਬ ਕਿ ਫੈਮਿਲੀ ਮੰਗੂ ਜਿੰਦਲ ਹਸਪੀਟਲਸ ਮੈਂ ਸਟਾਫ ਬਹੁਤ ਗੁੱਡ ਉਹਨਾਂ ਦੇ ਟਾਈਮ ਟੂ ਟਾਈਮ ਟੈਬਲੇਟ ਦੇਣੀ ਟਾਈਮ ਟੂ ਟਾਈਮ ਬੀਪੀ ਚੈੱਕ ਕਰਨਾ ਹਰ ਇੱਕ ਚੀਜ਼ ਉਹਨਾਂ ਨੂੰ ਮੈਂ ਜਿਵੇਂ ਉਹਨਾਂ ਦੇ ਬ੍ਰੇਨ 'ਚ ਨਹੀਂ ਕਿ ਮਸ਼ੀਨ ਫਿੱਟ ਕੀਤੀ ਹੁੰਦੀ ਬਿਜੀ ਹੁਣ ਦਵਾਈ ਦੇ ਕੇ ਆਉਣੀ ਆ ਹੁਣ ਬੀਪੀ ਚੈੱਕ ਕਰਕੇ ਆਉਣੀ ਆ ਹੁਣ ਥੋੜੀ ਜੀ ਖਾਂਗ ਆ ਹੁਣ ਸਟ੍ਰੀਮ ਦੇ ਕੇ ਆਉਣੀ ਆ ਗੁੱਡ ਸਟਾਫ ਡੁੱਡ ਗੁੱਡ ਡਾਕਟਰ ਫਿਰ ਜਿਹੜੇ ਮਤਲਬ ਗਨਮੈਨ ਮਿਲੇ ਹੋਏ ਨੇ ਸਿਕਿਉਰਿਟੀ ਮਿਲੀ ਹੋਈ ਆ ਉਹ ਸਾਰੇ ਰੱਬ ਦੇ ਰੂਪ ਨੇ ਮੈਨੂੰ ਤਾਂ ਐਂ ਲੱਗਦਾ ਵੀ ਜਦੋਂ ਬੰਦਾ ਖੁਦ ਇੰਨਾ ਅੱਛਾ ਹੋਵੇ ਫਿਰ ਸਾਰਾ ਕੁਝ ਹੀ ਅੱਛਾ ਮਿਲ ਜਾਂਦਾ ਉਹ ਜਮੇ ਬੱਚੇ ਬਣੇ ਪਏ ਨੇ ਵੀਰ ਜੀ ਹੋ ਰਹੇ ਨੇ ਭਾਬੀ ਜੀ ਹੋ ਰਹੇ ਨੇ ਫਰਕ ਹੀ ਨਹੀਂ ਲੱਗਦਾ ਐਂ ਲੱਗਦਾ ਵੀ ਛੀ ਸੱਤ ਮੁੰਡੇ ਵੀਰ ਜੀ ਦੇ ਹੋਰ ਨੇ ਨਹੀਂ ਤਾਂ ਇੱਕ ਸਾਈਡ ਤੇ ਬੰਦਾ ਬੈਠ ਸਕਦਾ ਨਹੀਂ ਜੀ ਬਹੁਤ ਸੇਵਾ ਕਰਦੇ ਬੜ ਪਰਸ਼ਾ ਮੈਂ ਮੰਗੂ ਇੱਕ ਤਾਂ ਹੁੰਦਾ ਨਾ ਵੀ ਇਕੱਲਾ ਨਾਲ ਗੱਨ ਚੱਕ ਕੇ ਰਹਿਣਾ ਨੇ ਬਹੁਤ ਸੇਵਾ ਕਰਦੇ ਉਹ ਬੱਚੇ ਬਹੁਤ ਸੇਵਾ ਕਰਦੇ ਪਰਮਾਤਮਾ ਉਹਨਾਂ ਨੂੰ ਤਰੱਕੀਆਂ ਦੇਵੇ ਬੁਲੰਧੀਆਂ ਦੇਵੇ ਵੀ ਸ਼ਾਇਦ ਆਪਣੇ ਵਰਗੇ ਕਿਸੇ ਵळे ਆਪਦੇ ਮਾਪਿਓ ਤੱਕ ਜਾਣਗੇ ਆਪਣੇ ਵਰਗੇ ਕਹਿ ਦੇਣਗੇ ਵੀ ਦੇ ਦੇਣੇ ਆ ਦਵਾਈ ਪਰ ਸਦਕੇ ਜਿਹੜੇ ਸਕਿਉਰਟੀ ਵਾਲੇ ਨੇ ਜਾਂ ਤਾਂ ਵੀਰ ਜੀ ਤੇ ਭਾਬੀ ਜੀ ਉਹਨੂੰ ਇੰਨਾ ਪਿਆਰ ਕਰਦੇ ਆ ਉਹਨਾਂ ਨੂੰ ਵੀ ਉਹ ਸੱਚੀ ਉਹਨਾਂ ਦੇ ਬੱਚੇ ਬਣੇ ਹੋਏ ਨੇ ਅੱਜ ਸਿੱਧੂ ਮੂਸੇਵਾਲਾ ਦੇ ਜਿਹੜੇ ਤਾਇਆ ਜੀ ਨੇ ਉਹਨਾਂ ਦੇ ਵੱਲੋਂ ਵੀ ਉਹ ਉਹਨਾਂ ਨੇ ਵੀ ਕਿਹਾ ਕਹਿੰਦੇ ਵੀ ਜਿਹੜੇ ਗਾਣੇ ਕਨੇ ਜਿਹੜੇ ਗਾਣੇ ਪਏ ਨੇ ਕਹਿੰਦੇ ਉਹਨ ਸਿੱਧੂ ਮੂਸੇਵਾਲਾ ਦੇ ਸਾਰੇ ਕਹਿੰਦੇ ਉਹਨੂੰ ਛੋਟੇ ਛੋਟੇ ਤੋਂ ਗਾਵਾਂਗੇ। ਪ੍ਰਮਾਤਮਾ ਸਫਲ ਕਰੇ ਹੈਨਾ ਉਹਨਾਂ ਦੇ ਸੁਪਨੇ ਪੂਰੇ ਕਰੇ। ਬਾਕੀ ਤਾਂ ਕੁਦਰਤ ਨੂੰ ਪਤਾ ਹੈ ਵੀ ਉਹਨਾਂ ਨੇ ਉਹਨੇ ਕੀ ਬਣਨਾ ਹੈ ਜ਼ਿੰਦਗੀ 'ਚ ਹੈਨਾ ਪਰ ਕਿਤੇ ਨਾ ਕਿਤੇ ਮੈਂ ਕਹਿੰਨੀ ਆ ਵੀ ਜੇ ਮਾਂ-ਬਾਪ ਦੇ ਸੁਪਨੇ ਨੇ ਤੇ ਉਹ ਸੁਪਨੇ ਵੀ ਪੂਰੇ ਕਰੇ। ਅੱਛੀ ਸਟੱਡੀ ਵੀ ਲਵੇ। ਅੱਛਾ ਅੱਗੇ ਵਧੇ ਵੀ। ਤੇ ਭੂਆ ਦੀ ਤੇ ਇਹਰ ਦੱਸੇ ਵੀ ਮਾਪੇ ਦੇ ਸੁਪਨੇ ਵੀ ਪੂਰੇ ਕਰੇ ਵੀ ਉਹ ਨਾ ਗੀਤਾਂ ਨੂੰ ਜੇ ਉਹ ਤੋਂ ਗਵਾਉਣਾ ਚਾਹੁੰਦੇ ਨੇ ਹਨ ਤੇ ਉਹ ਵੀ ਗਾਵੇ ਤੇ ਜ਼ਿੰਦਗੀ ਚ ਅੱਗੇ ਵੀ ਵਧੀ ਹਰ ਬੁਰੀ ਨਜ਼ਰ ਤੋਂ ਬਚੇ ਤੇ ਦੋਨਾਂ ਦੀ ਸਿਹਤ ਵੀ ਤੰਦਰੁਸਤ ਹੋਵੇ ਜੇ ਆਪਾਂ ਗੱਲ ਕਰੀਏ ਬਲਕੌਰ ਸਿੰਘ ਤੇ ਚਾਰਨ ਕਾਉ ਦੀ ਉਹ ਵੀ ਬਹੁਤ ਐਮਿਤ ਰੱਖਦੀ ਹੈ ਬਹੁਤ ਬਹੁਤ ਤੰਦਰੁਸਤ ਨੇ ਥਕਾਵਟ ਦਾ ਦੇਖੋ ਆਪਾਂ ਤੁਰੇ ਫਿਰਦੇ ਆਪਾਂ ਨੂੰ ਵੀ ਆ ਜਾਂਦੀ ਹੈ ਹਨ ਤੇ ਗੋਡ ਸਾਰਾ ਕੁਝ ਵਾਹਿਗੁਰੂ ਦੀ ਕਿਰਪਾ ਬੜੇ ਰਿਸ਼ਤੇਦਾਰ ਨੇ ਜਿਨ੍ਹਾਂ ਨੇ ਦਿਲੋਂ ਰੋਜ਼ ਆਉਂਦੇ ਨੇ ਦਿਲੋਂ ਸੇਵਾ ਕਰ ਰਹੇ ਨੇ ਦਿਲੋਂ ਸਤਿਕਾਰ ਕਰ ਰਹੇ ਨੇ ਮਤਲਬ ਕੋਈ ਵੀ ਬੰਦਾ ਪਿੱਛੇ ਹੈ ਹੀ ਨਹੀਂ ਸੇਵਾ ਕਰਨ ਤੋਂ ਪਰਮਾਤਮਾ ਨੇ ਜਿਵੇਂ ਕਹਿੰਦੇ ਹੁੰਦੇ ਨੇ ਨਾ ਵੀ ਜਦੋਂ ਕੋਈ ਅੱਛਾ ਕੰਮ ਕਰਨਾ ਹੋਵੇ ਫਿਰ 네ਗੇਟਿਵ ਪੁਆਇੰਟ ਕੋਈ ਨਹੀਂ ਰਹਿੰਦਾ ਹੁੰਦਾ ਹਨਾ ਆਪਾਂ ਕਹਿੰਦੇ ਹੁੰਨੇ ਹੁਣੇ ਨਾ ਵੀ ਯਾਰ ਆਪਣੇ ਘਰੇ ਫੰਕਸ਼ਨ ਹੋਇਆ ਕੋਈ 네ਗੇਟਿਵ ਬੰਦਾ ਹੀ ਹੈ ਨਹੀਂ ਸੀ ਜਿਵੇਂ 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 ਮਤਲਬ ਸ਼ੋਭਨੇ ਆਉਣਾ ਸੀਗਾ ਤੇ ਕੋਈ 네ਗੇਟਿਵ ਚੀਜ਼ ਹੈ ਹੀ ਨਹੀਂ ਸੀ ਸਭ ਕੁਝ ਪੋਜ਼ਿਟਿਵ ਹੋ ਰਿਹਾ ਸੀ ਆਪਣੇ ਆਪ ਆਪਰੇ ਬਹੁਤ ਬਹੁਤ ਧੰਨਵਾਦ ਜੀ ਨਹੀਂ ਧੰਨਵਾਦ ਨਹੀਂ ਤੁਸੀਂ ਮੈਨੂੰ ਇਸ ਕਾਬਲ ਸਮਝਿਆ ਸਾਰਿਆਂ ਨੂੰ ਮੁਬਾਰਕਬਾਦ ਬਹੁਤ ਬਹੁਤ ਮੈਂ ਸ਼ubh ਨੂੰ ਦੇਵਤਿਆਂ ਨੂੰ ਮੰਨਦੀ ਹਾਂ ਕੋਈ ਮੰਨੇ ਨਾ ਮੰਨੇ ਕੋਈ ਕੋਸ਼ਿਸ਼ ਕਹੀ ਜਾਵੇ ਕਮੈਂਟਾਂ ਚ ਮੈਨੂੰ ਹਨ ਵੀ ਜੇ ਆਵੋ ਮੈਂ ਜਿਹੜੇ ਸ਼ubh ਮੂਰੇ ਅਰਦਾਸ ਕਰਤੀ ਮੇਰੀ ਕਦੇ ਬੇਅਰਥੀ ਨਹੀਂ ਗਈ ਕਦੇ ਮੈਂ ਕਹਿੰਦਾ ਤੁਸੀਂ ਵੀ ਕਰਕੇ ਵੇਖਿਓ ਤੋ ਤੁਹਾਨੂੰ 24 ਘੰਟਿਆਂ ਦੇ ਅੰਦਰ ਰਿਜ਼ਲਟ ਮਿਲੂਗਾ ਪਰ ਇੱਥੇ ਸ਼ਰਤਾ ਹੋਣੀ ਚਾਹੀਦੀ ਹੈ ਇੱਥੇ ਵਿਸ਼ਵਾਸ ਮੈਨੂੰ ਵਿਸ਼ਵਾਸ ਹੈ ਵੀ ਜੇ ਮੈਂ ਸ਼ਬਨਾ ਗੱਲ ਕਰੂੰਗੀ ਜਾਂ ਮੈਂ ਸ਼ਬ ਮੂਰੀ ਅਰਦਾਸ ਕਰੂੰਗੀ ਤਾਂ ਉਹ ਮੇਰੀ ਸੁਣਦਾ ਸੱਚੀ ਸੁਣਦਾ ਆਸ ਤਾਂ ਨਹੀਂ ਜੁਦੀ ਆਸ ਤਾਂ ਮੇਰੀ ਤਾਂ ਨੇੜੇ ਹੋ ਕੇ ਸੁਣਦਾ ਸੱਚੀ ਸੁਣਦਾ ਜਦੋਂ ਮੇਰਾ ਬੇਟਾ ਬਿਮਾਰ ਸੀ ਮੈਨੂੰ ਲੱਗਦਾ ਮੈਂ ਇੰਟਰਵਿਊ ਤੇ ਤੁਹਾਨੂੰ ਗੱਲ ਦੱਸੀ ਆ ਉਦੋਂ ਮੈਂ ਬਹੁਤ ਪਰੇਸ਼ਾਨ ਸੀ ਮੈਂ ਪ੍ਰੋਗਰਾਮ ਤੇ ਵੀ ਜਾਣਾ ਸੀ ਮਤਲਬ ਬੰਦਾ ਇਰੀਟੇਟ ਨਹੀਂ ਹੋ ਜਾਂਦਾ ਵੀ ਹਾਈ ਹੁਣ ਮੈਂ ਪ੍ਰੋਗਰਾਮ ਤੇ ਜਾਵਾਂ ਕਿ ਕੀ ਕਰਾਂ ਬੁਰੇ-bure ਖਿਆਲ ਆ ਰਹੇ ਸੀ ਤੇ ਸਾਡੇ ਅੰਦਰ ਦੋਨਾਂ ਦੀ ਫੋਟੋ ਲੱਗੀ ਹੋਈ ਆ ਵੱਡੀ ਕਰਾ ਕੇ ਤੇ ਫਿਰ ਮੈਂ ਉਹਦੇ ਮੂਰੇ ਖੜ ਗਈ ਮਤਲਬ ਮੇਰੇ ਅੰਦਰੋਂ ਮਤਲਬ ਜਿਹੀ ਬਤਾਨੇ ਬੋਲਦੀ ਸੀ ਮਤਲਬ ਅੰਦਰੋਂ ਮੈਂ ਉਹਦੇ ਨਾਲ ਪੂਰੇ ਗੁੱਸੇ ਸੀ ਹੈਨਾ ਮੈਂ ਕਿਹਾ ਵੀ ਮੈਂ ਤਾਂ ਕਲਾਕਾਰਾਂ ਸ਼ਾਇਦ ਮੇਰੇ ਅੰਦਰ ਕੋਈ ਲਾਲਚ ਹੋਵੇ ਹੈਨਾ ਮੈਂ ਸ਼ਾਇਦ ਮੈਂ ਇੱਕ ਬੇਜਨਸ ਕਰਦੀ ਹਾਂ ਮੈਨੂੰ ਤੂੰ ਪਰਾਂ ਛੱਡ ਵੀ ਮੈਂ ਕੌਣ ਆ ਮੈਂ ਇੱਕ ਸਿੰਗਰ ਆ ਮੈਂ ਜਸਵੰਦਰ ਬਰਾੜਾ ਉਹ ਜਿਹੜਾ ਮੰਜੇ ਤੇ ਪਿਆ ਨਾ ਉਹ ਨਾ ਤਾਂ ਉਹ ਸਿੰਗਰ ਹੈ ਨਾ ਉਹਨੂੰ ਇਸ ਪ੍ਰੋਫੈਸ਼ਨ ਸ ਕੋਈ ਮਤਲਬ ਹੈ ਹਨਾ ਪਰ ਉਹ ਤੈਨੂੰ 2400 ਕੀ ਪਤਾ ਨਹੀਂ ਹਜ਼ਾਰਾਂ ਪਰਸੈਂਟ ਪਿਆਰ ਕਰਦਾ ਉਹ ਤੇਰੇ ਲਈ ਮੈਂਟਲ ਹੈ ਹਨਾ ਮੈਂ ਕਿਹਾ ਦਵਾਈਆਂ ਦਵਾ ਦਵਾ ਥੱਕ ਗਏ ਤੇ ਤੂੰ ਇਹ ਤੇ ਮੇਰ ਨਹੀਂ ਕਰ ਸਕਦਾ ਮੈਨੂੰ ਜਿਵੇਂ ਗੁੱਸਾ ਨਹੀਂ ਹੁੰਦਾ ਮੈਂ ਕਿ ਤੂੰ ਤੈਨੂੰ ਤਰਸ ਨਹੀਂ ਆਉਂਦਾ ਤੇਰੀ ਸਾਹਮਣੇ ਫੋਟੋ ਪਈ ਆ ਵੀ ਉਹ ਕਿਵੇਂ ਤੜਫਦਾ ਰੋਜ ਦੇਖੋ ਜੋ ਮੈਂ ਪ੍ਰੋਗਰਾਮ ਤੇ ਚਲੀ ਗਈ ਦੂਜੇ ਦਿਨੇ ਠੇਹ ਨੇ ਚਾਹ ਵੀ ਪੀਤੀ ਇਹਨੇ ਫੁਲਕਾ ਵੀ ਖਾਦਾ ਤੇ ਨਾਲ ਦੀ ਨਾਲ ਸਾਡਾ ਦਿਮਾਗ ਬਦਲ ਗਿਆ ਕਹਿੰਦਾ ਮਮਾ ਆਪਾਂ ਡਾਕਟਰ ਬਦਲ ਲਈ ਮੈਂ ਕਿ ਤੂੰ ਕਿਹੜੇ ਡਾਕਟਰ ਕੋਲੇ ਜਾਣਾ ਚਾਹੁੰਦਾ ਕਹਿੰਦਾ ਮੈਂ ਦਿੱਲੀ ਹਾਰ ਚ ਜਾਣਾ ਦੇਖੋ ਜੀ ਜਾਨਸਾਰ ਉਹਨਾਂ ਨੇ ਦਵਾਈ ਦਿੱਤੀ ਉਹਨਾਂ ਨੂੰ ਪਤਾ ਵੀ ਲੱਗ ਗਿਆ ਵੀ ਗੁਰਦਿਆਂ ਦੀ ਇਨਫੈਕਸ਼ਨ ਕਿਉਂ ਵਧੀ ਹੈ ਸਾਰੇ ਟੈਸਟ ਕੀਤੇ ਸ਼ਾਮ ਨੂੰ ਪਹਿਲੀ ਖਾराक ਖਾ ਕੇ ਇਹਨੇ ਰੋਟੀ ਮੰਗ ਲਈ ਸੀ ਫਿਰ ਮੈਂ ਕਿਵੇਂ ਨਾ કહਾਂ ਮੇਰੀ ਗੱਲ ਨੂੰ ਕੋਈ ਜੋ ਮਰਜੀ ਸਮਝ ਜਾਵੇ ਮੈਨੂੰ ਕੋਈ ਮਤਲਬ ਨਹੀਂ ਹੈਨਾ ਕਿਉਂਕਿ achhiyan cheezan nu hamesha pehla confuse kita janda meri to neede ho ke sooni ਉਹ ਬਹੁਤ ਮਾਰਕਾਂ ਤੁਹਾਨੂੰ ਵੀ ਤੁਸੀਂ ਬਹੁਤ ਪਿਆਰੇ ਹੋ ਬੁੱਤ ਸਾਰੇ ਤੁਸੀਂ ਇੰਟਰਵਿਊ ਕਰਕੇ ਗਏ ਸੀਗੇ ਮੈਂ ਬਾਅਦ ਮੈਨੂੰ ਲੱਗਾ ਤਿੰਨ ਵਾਰੀ ਉਹ ਇੰਟਰਵਿਊ ਸੁਣੀ ਖੁਦ ਕਿਉਂਕਿ ਸੁਣਨੀ ਚਾਹੀਦੀ ਹੈ ਵੀ ਮੇਰੇ ਤੋਂ ਕਿਤੇ ਗਲਤ ਤਾਂ ਨਹੀਂ ਬੋਲੇ ਗਿਆ ਮੇਰੇ ਤੋਂ ਕੋਈ ਗਲਤੀ ਤਾਂ ਨਹੀਂ ਹੋਈ ਮੈਂ ਤਿੰਨ ਵਾਰ ਉਹ ਆਪਣੀ ਇੰਟਰਵਿਊ ਸੁਣੀ ਬਹੁਤ ਅਚੀ ਮੂ ਬਹੁਤ ਜ਼ਿਆਦਾ ਲੋਕਾਂ ਦੇ ਪੋਜ਼ਿਟਿਵ ਰਿਸਪੌਂਸ ਤੁਸੀਂ ਦੇਖੀ ਹੋਣਾ ਕਮੈਂਟ ਜਿਹੜੇ ਥੱਲੇ ਆਏ ਸੀ ਸਰ ਦੇ ਨਹੀਂ ਸਭ ਨਹੀਂ ਮਾਲੋ ਨਹੀਂ ਨਹੀਂ ਸਭ ਨੇ ਬਹੁਤ ਜ਼ਿਆਦਾ ਪੋਜ਼ਿਟਿਵ ਗੱਲਾਂ ਜਿਹੜੀਆਂ ਕਮੈਂਟ ਦੇ ਵਿੱਚ ਕੀਤੀਆਂ ਤੇ ਫੋਨ ਵੀ ਬਹੁਤ ਜ਼ਿਆਦਾ ਬਕਾਇਦਾ ਹੈ ਤੇ ਵਾਹਿਗੁਰੂ ਕਰੇ ਤੁਹਾਡੀਆਂ ਇੰਟਰਵਿਊ ਤੁਸੀਂ ਐਂ ਸਫਲ ਹੁੰਦੇ ਜਾ ਰਹੇ ਤੁਸੀਂ ਐਂ ਸਫਲ ਹੁੰਦੇ ਰਹੋ ਵਾਹਿਗੁਰੂ ਤੁਹਾਨੂੰ ਤੰਦਰੁਸਤ ਰੱਖੇ ਮੇਰੇ ਨਿੱਕੇ ਸ਼ੁਭ ਦੇ ਨੇੜੇ ਕੋਈ ਤਤੀਵਾ ਨਾ ਲੱਗੇ ਜਿਵੇਂ ਉਹਦੇ ਨਾਂ ਨਕੇ ਦਾਦ ਕੇ ਪੂਰੀ ਦੁਨੀਆ ਉਹਦੀ ਵੈਲਫੇਅਰ ਨੇ ਉਹਦੇ ਲਈ ਦੁਆਵਾਂ ਕਰ ਰਹੀ ਐ ਸਭ ਦੀਆਂ ਦੁਆਵਾਂ ਨਾਲ ਉਹ ਲੰਮੀਆਂ ਉਮਰਾਂ ਭੋਗੇ ਆਪਦੇ ਭਰਾ ਵਾਂਗੂ ਤਰੂ ਤਾਰਾ ਬਣੇ ਮਾਪੇ ਤੇ ਸੁਪਨੇ ਪੂਰੇ ਕਰੇ ਹੋ ਸਕਦਾ ਉਹ dono ਜਸਵੰਦਰ ਕੋਈ ਤਾਂ ਪਹੁੰਚ ਗਈ ਹੋਵੇ ਹਨਾ ਨਹੀਂ ਨਹੀਂ ਦੁਆ ਕਰਾਂਗੇ ਕਿ ਉਹ ਵੀ ਦੇਖੇ ਆ ਕੇ ਤੁਹਾਨੂੰ ਵੀ ਜਦੋਂ ਉਹ ਯੰਗ ਹੋਵੇ ਤੇ ਮੈਂ ਮੇਰਾ ਸੁਪਨਾ ਵੀ ਉਹ ਉਹ ਜਦੋਂ ਵੱਡਾ ਹੋਵੇ 14 15 ਸਾਲਾਂ ਦਾ ਤੇ ਉਹ ਧਨਵਾ ਹੋਰ ਬਜ਼ੁਰਗ ਹੋ ਜੂਗੀ ਤੇ ਉਹ ਆ ਕੇ ਦੇਖੇ ਸਾਰੀਆਂ ਰਸਮਾਂ ਪਈਆਂ ਨੇ ਜਦੋਂ ਸੇਹਰਾ ਲਾਉਣਾ ਸੀ ਉਹ ਵੀ ਸਾਰਾ ਕੁਝ ਇਹ ਤਾਂ ਪਿਆ ਮਾਪੇ ਦੇ ਸੁਪਨੇ ਲੱਗਦਾ ਵੀ ਪਰਮਾਤਮਾ ਮੈਨੂੰ ਇੰਨਾ ਕ ਟਾਈਮ ਦੇਵੇ ਤੇ ਉਹ ਮੈਨੂੰ ਦੇਖੇ ਵੀ ਹਾਂ ਮੇਰੇ ਵੱਡੇ ਵੀਰ ਨੇ ਇਸ ਭੂਆ ਦਾ ਜ਼ਿਕਰ ਕੀਤਾ ਸੀ ਹਲੇ ਇਹ ਮੇਰੇ ਸੁਪਨੇ ਹੈਗੇ ਆ ਉਹ ਸ਼ੁਭ ਮੰਗੋਈ ਹਟਾ-ਕਟਾ ਹੋਵੇ ਤੇ ਮਾਪੇ ਦੇ ਵੀ ਉਹ ਚਾਹ ਜਿਹੜੇ ਸੇਰੇ ਲਾਉਣੇ ਸੀ ਹਜੇ ਤੇ ਵਿਆਹ ਦਾ ਚਾਹ ਸੀ ਉਹ ਵੀ ਹੁਣ ਪੂਰਾ ਹੋਊਗਾ ਹੁਣ ਪੂਰੇ ਹੋਣਗੇ ਸੱਚੀ ਪੂਰੇ ਹੋਣਗੇ ਤੇ ਵਾਹਿਗੁਰੂ ਜਿਵੇਂ ਮੈਂ ਹੁਣ ਫੇਰ ਦੁਬਾਰਾ ਕਹਿਣ ਲੱਗੀ ਆ ਵੀ ਜਿਵੇਂ ਇਹ ਅਰਦਾਸ ਪੂਰੀ ਹੋਈ ਏ ਹਰ ਮਾਂ ਦਾ ਜੇ ਕਿਤੇ ਮਾਂ ਨੂੰ ਸੱਟ ਲੱਗੀ ਏ ਮਾਂ ਦੀ ਗਲਾਦ ਕਿਤੇ ਗਈ ਏ ਮਾਂ ਬਾਪ ਦੀ ਤੇ ਆਪਾਂ ਹੁਣ ਸਾਰਿਆਂ ਨੇ ਇੱਕੋ ਹੀ ਅਰਦਾਸ ਕਰਿਆ ਕਰਨੀ ਆ ਆਪਣੀ ਜ਼ਿੰਦਗੀ ਕੇ ਨਿਜ਼ਮ ਬਣਾ ਲੈਣਾ ਵੀ ਸਵੇਰ ਜੋ ਉੱਠ ਕੇ ਜੋ ਦੁਆਪਾ ਮੱਥਾ ਟੇਕਣਾ ਉਦੋਂ ਆਪਣੀ ਫੈਸਿਲਿਟੀ ਦੇ ਨਾਲ ਆਪਣੀਆਂ ਖੁਸ਼ੀਆਂ ਦੇ ਨਾਲ ਨਾਲ ਇੱਕ ਆਪਾਂ ਸਾਰਿਆਂ ਨੇ ਮੰਗਣਾ ਵੀ ਪਰਮਾਤਮਾ ਜਿਵੇਂ ਆਹ ਕੌਤਕ ਤੂੰ ਕੀਤਾ ਤੇ ਹਰ ਮਾਂ ਬਾਪ ਦੇ ਘਰੇ ਖੁਸ਼ੀਆਂ ਵਾਪਸ ਦੇ। ਇਹ ਥੋ ਥੋ ਵੀ ਮੈਂ ਪਰਨ ਲੈਣਾ। ਥੋ ਥੋ ਵੀ ਪਰਨ ਲੈਣਾ। ਤੇ ਪੂਰੀ ਦੁਨੀਆ ਤੋਂ ਪਰਨ ਲੈਣਾ ਵੀ ਜਦੋਂ ਆਪ ਆਵਾ ਦੇ ਲਈ ਮੰਗਾਗੇ ਉਦੋਂ ਦੁਨੀਆ ਦੇ ਹਰ ਮਾਂ ਬਾਪ ਲਈ ਮੰਗਾਗੇ, ਹਰ ਭੈਣ ਲਈ ਮੰਗਾਗੇ, ਹਰ ਪਤਨੀ ਲਈ ਮੰਗਾਗੇ ਵੀ ਕਿਸੇ ਦੀ ਜ਼ਿੰਦਗੀ 'ਚ ਦੁੱਖ ਨਾ। ਜੇ ਮੈਂ ਕਮਾਂ ਵੀ ਮੈਂ ਪਹੁੰਚੀ ਨੋ। ਜਿਹੜੇ-ਜਿਹੜੇ ਕਲਾਕਾਰ ਦਾ ਟਾਈਮ ਲੱਗ ਰਿਹਾ ਸੀ ਸਾਰੇ ਹਾਰੇ ਸੀ। ਸਾਰੇ ਬਲ ਕੋਈ ਕਲਾਕਾਰ ਪੋਸਟਰ ਪਾਉਂਚ ਪਿੱਛੇ ਨਹੀਂ ਸੀ ਕੋਈ ਉਥੇ ਆਉਣ ਤੋਂ ਪਿੱਛੇ ਨਹੀਂ ਸੀ ਸਭ ਆਸਮਾਨ ਵੀ ਆ ਗਏ ਹਾਂਜੀ ਮਾਨ ਸਾਹਿਬ ਵੀ ਆਈ ਸੀ ਅ ਮੇਰੇ ਹੁੰਦਿਆਂ ਗੁਲਾਬ ਸਿੱਧੂ ਬਲਕਾਰ ਅਣਖੀਲਾ ਮਤਲਬ ਨਵੀਂ ਪੀੜੀ ਦੇ ਬਹੁਤ ਕਲਾਕਾਰ ਸੀਗੇ ਜਿਹੜੇ ਫੇਮਸ ਨੇ ਇਸ ਟਾਈਮ ਜਿਵੇਂ ਜਿਵੇਂ ਉਹਨਾਂ ਨੂੰ ਪਤਾ ਲੱਗ ਗਿਆ ਉਹ ਆ ਵੀ ਰਹੇ ਐ ਤੇ ਆਉਣਗੇ ਵੀ ਹਰ ਹਰ ਸਾਡੇ ਲਾਈਨ ਦੇ ਬੰਦੇ ਨੇ ਖੁਸ਼ੀ ਮਨਾਈ ਪੋਸਟਰਾਂ ਵੀ ਪਾਈਆਂ ਨੇ ਉਨਾ ਸਾਰਿਆਂ ਦਾ ਥੈਂਕ ਯੂ ਸਾਰੇ ਆਪਾਂ ਰਲ ਮਿਲ ਕੇ ਰਹੀਏ ਹੈਨਾ ਸੰਗੀਤ ਪਰਿਵਾਰ ਦੇ ਕਲਾਕਾਰ ਆਪਣੇ ਚ ਕੋਈ ਭੇਜ ਭਾਵਨਾ ਹੋਵੇ ਫਿਰ ਦੇਖੋ ਰੱਬ ਕਿਵੇਂ ਖੁਸ਼ੀਆਂ ਵਰਸਾਉਂਦਾ ਥੈਂਕ ਯੂ ਤਾਂ ਜਸਵੰਦਰ ਬਰਾੜ ਜੋ ਕਿ ਮੂਸੇਵਾਲਾ ਦੇ ਪਰਿਵਾਰ ਦੇ ਬਹੁਤ ਕਰੀਬ ਤੇ ਜਿਨ੍ਹਾਂ ਨੂੰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਵੱਲੋਂ ਜਗਤਪੂਰ ਦਾ ਰੁਤਬਾ ਦਿੱਤਾ ਗਿਆ ਤੇ ਅੱਜ ਜਦੋਂ ਛੋਟੇ ਸ਼ੁਭ ਦਾ ਜਨਮ ਹੋਇਆ ਤਾਂ ਸਾਰੀ ਦੁਨੀਆ ਪੂਰੀ ਦੀ ਪੂਰੀ ਉਹਦੀ ਜਿਹੜੀ ਫੈਨ ਫਾਲੋਇੰਗ ਸੀ ਸਾਰੇ ਭਾਵੁਕ ਸੀ ਸਾਰਿਆਂ ਦਾ ਚਾ ਤੁਸੀਂ ਸਭ ਦੇਖ ਰਹੇ ਹੋ ਸੋਸ਼ਲ ਮੀਡੀਆ ਦੇ ਉੱਪਰ ਕਿਸ ਪ੍ਰਕਾਰ ਹੈ ਤੇ ਅਸੀਂ ਵੀ ਉਸ ਦੀ ਲੰਮੀ ਉਮਰ ਦੀ ਦੁਆ ਕਰਦੇ ਹਾਂ ਕੈਮਰਾ ਪਰਸਤ ਦਵਿੰਦਰ ਨਾਲ ਮਨਦੀਪ ਜੋਤ ਪ੍ਰੋ ਪੰਜਾਬ ਟੀਵੀ